प्रॉपर्टी ना तो ना दो मेन प्रॉपर्टी ही ज्यादा सम होंदे हैं। फर्स्ट प्रॉपर्टी होंदी अपने कोले सर किन्ना नु केडी है दोनों दोनों बोर्ड में एक होंदी है माइनस ए टू ए एक प्रॉपर्टी है ते दोनों प्रॉपर्टी च कंफ्यूजन भी कई ज्यादा होंदी है क्योंकि दोनों प्रॉपर्टी सेम तरीके लाउंदे ना दा एक नेगेटिव ए तो ये प्रॉपर्टी एक 0 तो 2 पाई है जेडे आ प्रॉपर्टी दे बेसिस सम होंगे तुम्हें या एक या दो नंबर होंगे ਇਸ ਪ੍ਰਾਪਰਟੀ ਦੇ ਬੇਸਿਸ ਆਨ ਤੁਹਾਨੂੰ ਜਿਆਦਾ 5 ਮਾਰਕਸ ਜਾਂ 6 ਮਾਰਕਸ ਹੁੰਦਾ ਤਾਂ ਪ੍ਰਾਪਰਟੀ ਹੈਗੀ ਮਤਲਬ fx ਫੰਕਸ਼ਨ ਆਪਣੇ ਕੋਲ ਇੱਕ ਲਿਮਿਟ ਆਪਾਂ ਇਹਨੂੰ ਕੀ ਕਰਨਾ ਮਾਈਨਸ a ਤੋਂ a ਹੋਇਆ ਨਾ ਜਦੋਂ ਤੁਹਾਨੂੰ ਦੱਸਿਆ ਪ੍ਰਾਪਰਟੀ ਦੇ ਵਿੱਚ ਆਪਾਂ 0 ਟੂ a ਅਲੱਗ ਕਰ ਲੈਣਾ fx ਨੂੰ ਤੇ ਦੂਜੀ ਵਾਰ ਫਿਰ 0 ਤੋਂ a ਕਰਕੇ fx ਨੂੰ ਰਿਪਲੇਸ ਕਰ ਦੇਣਾ ਕਿਹਦੇ ਨਾਲ ਆਪਾਂ ਨੈਗੇਟਿਵ x ਨਾਲ ਮਤਲਬ ਜੋ ਵੀ ਫੰਕਸ਼ਨ ਹੋਏਗਾ ਉਹ ਚ x ਹੀ ਜਾਂਦਾ ਕੀ ਭਰ ਦੇਣਾ ਆਪਾਂ ਮਾਈਨਸ x ਭਰ ਦੇਣਾ ਤੇ ਇਹਦੇ ਇੱਕ ਰੂਲ ਹੁੰਦਾ ਜੇ ਤਾਂ ਇਹ fx ਹੀ ਬਣ ਗਿਆ ਇਹ ਤੋਂ ਗਾਂ ਵੀ ਆਪਾਂ ਸੋਲਵ ਕਰਾਂਗੇ ਐਗਜ਼ਾਮਪਲ ਇਹ ਕਰਦੇ ਸੋ ਮੰਨ ਲਓ ਕੋਲ ਆ ਗਿਆ sin x ਜਾਂ sin ਦੀ ਕਿਊਬ x ਆ ਗਿਆ ਜਾਂ 5 ਹੀ ਲੈ ਲਓ ਬਹੁਤ ਜ਼ਿਆਦਾ ਲਿਮਿਟ ਹੈਗੀ ਹੈ -5/2 ਨੂੰ +5/2 ਹੁਣ ਤੁਹਾਨੂੰ ਲੱਗੇ ਬਤਾ ਦੇਖੋ ਨੈਗੇਟਿਵ ਇਹ ਤੋਂ ਪੋਜ਼ਿਟਿਵ ਇਹ ਆ ਤਾਂ ਇਹ ਕੀ ਕਰ ਸਕਦੇ ਫਿਰ ਆਪਾਂ 0/5/2 ਅਲੱਗ ਕਰ ਲਾਂਗੇ ਤੇ sin ਦੀ ਪਾਵਰ 5x ਮਤਲਬ ਐਜ਼ ਇਟ ਇਜ਼ ਜਿਵੇਂ fx ਹੀ ਆ ਉਵੇਂ ਲਿਖ ਦਿੱਤਾ ਨੈਕਸਟ ਟਾਈਮ ਕੀ ਕਰਨਾ ਆਪਾਂ 0 ਟੂ a ਲਿਖ ਕੇ ਆਪਣੇ ਦੀ a 0 ਟੂ a ਲਿਖ ਕੇ x ਨੂੰ ਰਿਪਲੇਸ ਕਰਨਾ ਕਿਹਦੇ ਨਾਲ ਆਪਾਂ ਮਾਈਨਸ x ਮਤਲਬ x ਇੱਥੇ ਆ ਗਿਆ ਉੱਥੇ ਮਾਈਨਸ x ਕਰਨਾ ਬਾਕੀ ਕੋਈ ਚੇਂਜ ਨਹੀਂ ਕਰਨੀ ਪਾਵਰ ਵਗੈਰਾ ਇਸ ਫੰਕਸ਼ਨ ਚ ਕੋਈ ਚੇਂਜ ਨਹੀਂ ਕਰਨਾ ਹੁਣ ਆਪਾਂ ਦੇਖਣਾ ਫੰਕਸ਼ਨ ਇੱਥੇ ਦੋ ਤਰ੍ਹਾਂ ਦੇ ਹੁੰਦੇ ਆ ਇੱਕ ਤਾਂ ਨੈਗੇਟਿਵ ਨੂੰ ਬਾਹਰ ਕੱਢ ਦਿੰਦੇ ਆ ਫੰਕਸ਼ਨ ਜਿਹੜੇ ਨੈਗੇਟਿਵ ਸਿੱਧੀ ਬਾਹਰ ਆ ਗਈ ਉਹਨੂੰ ਬੋਲਦੇ ਆਪਾਂ ਆਡ ਫੰਕਸ਼ਨ ਇੱਕ ਕਿਹੜੇ ਫੰਕਸ਼ਨ ਜਾਂ ਨੈਗੇਟਿਵ ਨੂੰ ਅਬਜ਼ਰਬ ਕਰ ਲੈਂਦੇ ਆ ਮਤਲਬ ਨੈਗੇਟਿਵ ਪਾਵਰ ਆ ਉਹ ਖਤਮ ਹੀ ਹੋਣੀ ਹੈ ਮਤਲਬ ਇਹ ਨੈਗੇਟਿਵ sin x ਰਹੇਗਾ ਉਹ sin x ਹੀ ਬਣ ਜਾਣਾ ਪੋਜ਼ਿਟਿਵ ਦਾ ਉਹਨੂੰ ਕੀ ਬੋਲਦੇ ਆਪਾਂ ਈਵਨ ਫੰਕਸ਼ਨ ਬੋਲਦੇ ਤਾਂ ਇਹ ਆਪਣੇ ਕੋਲ ਕੀ ਹੈ ਜਿਹੜਾ sin ਆ ਉਹਨਾਂ ਨੂੰ ਪਤਾ ਟ੍ਰਿਗਨੋਮੈਟਰੀ ਦੇ ਅਕੋਰਡਿੰਗ ਨੈਗੇਟਿਵ ਨੂੰ ਇੱਕ ਐਂਗਲ ਜੋ ਬਾਹਰ ਕੱਢਦਾ ਹੁੰਦਾ ਕਿ ਅਬਜ਼ਰਬ ਕਰਦਾ ਹੁੰਦਾ ਇਹ ਬਾਹਰ ਕੱਢੂਗਾ ਨੈਗੇਟਿਵ ਤਾਂ ਉਹ ਨੈਗੇਟਿਵ ਇੱਥੇ ਅੱਗੇ ਆ ਜੇ ਅੱਗੇ ਵੀ ਧਿਆਨ ਰੱਖਣਾ sin ਦਾ ਨੈਗੇਟਿਵ ਬਾਹਰ ਕੱਢਦੀ ਪਰ ਇਹਦੀ ਪਾਵਰ 5 ਆ ਉਹ ਨੈਗੇਟਿਵ ਦੀ ਪਾਵਰ ਵੀ ਲੱਗਣੀ ਆ 5 ਪਰ -1 ਦੀ ਪਾਵਰ 5 ਕੀ ਹੁੰਦਾ ਵਾ -1 ਹੀ ਹੁੰਦਾ ਤੇ ਆਜੂਗਾ sin ਦੀ 5x ਆ ਜੇਗਾ ਤੇ ਲਿਮਿਟ 0 ਟੂ 5 ਪੈ ਜੇਗਾ ਤੇ ਮੋਸਟਲੀ ਕਦੋਂ ਇੱਕ ਜਾਂ ਦੋ ਨੰਬਰ ਸਮ ਆਇਆ ਤਾਂ ਇਹ ਦੋਨੋਂ ਟਰਮਾਂ ਦੀ ਜਿਹੜੀ ਇੱਕ ਦੂਜੇ ਨਾਲ ਕੈਨਸਲ ਹੋ ਜਾਣਗੀਆਂ ਇੰਟੀਗ੍ਰੇਸ਼ਨ ਕਰਨ ਦੀ ਲੋੜ ਹੀ ਨਹੀਂ ਪਈ ਸਿੱਧਾ ਆਨਸਰ ਕੀ ਆ ਗਿਆ ਆਪਣਾ 0 ਹੋ ਜੇ ਪਰ ਅਗਰ ਇਹ ਈਵਨ ਫੰਕਸ਼ਨ ਹੁੰਦਾ ਮੰਨ ਲਓ ਇਲੈਕਟਿਵ ਅਬਜ਼ਰਬ ਹੋ ਜਾਂਦੀ ਇੱਥੇ ਫਿਰ ਇਹ ਨਹੀਂ ਕੀ ਹੁੰਦਾ ਸੀਗਾ ਐਡ ਹੋ ਜਾਂਦਾ ਜਿਵੇਂ ਆਪਾਂ ਮਾਤਾ ਦੇਖਦੇ ਨੇ ਮੋਸਟਲੀ ਇਹ ਚ 4 ਨੰਬਰ ਵਾਲੀ 2 ਨੰਬਰਾਂ ਦੀ ਹੈ ਨਹੀਂ ਐਨਸੀਟੀ ਹੈਗੀ ਇਹ ਚ ਤੇ ਦੇਖੋ ਕਾ ਵੀ ਇਹਦੇ ਚ ਸਮ ਆਪਣਾ 0 ਟੂ ਪਾਈ ਬਾਈ 2 ਨੈਗੇਟਿਵ ਪਾਈ ਬਾਈ 2 ਪਲੱਸ ਪਾਈ ਬਾਈ 2 ਕੋਸ ਸਕੁਅਰ ਐਕਸ ਵੈਸੇ ਤਾਂ ਯਾਰ ਕਿਉਂ ਜਿਹੜਾ ਕੋਸ ਸਕੁਅਰ ਐਕਸ ਆ ਉਹ ਡਾਇਰੈਕਟ ਵੀ ਇੰਟੀਗ੍ਰੇਸ਼ਨ ਕਰ ਸਕਦੇ ਆ ਦੀ 1 ਪਲੱਸ ਕੋਸ 2 ਐਕਸ ਲਿਖ ਕੇ ਪਰ ਜੇ ਮੈਂ ਫਿਰ ਵੀ ਪ੍ਰੋਪਰਟੀ ਨਾਲ ਕਰਨਾ ਤਾਂ ਕਿਵੇਂ ਕਰਾਂ ਬਿਲਕੁਲ ਮਾਈਨਸ a ਟੂ a ਆ ਇਹਨੂੰ ਕੀ ਕਰਨੇ 0 ਟੂ ਪਾਈ ਬਾਈ 2 ਕੋਸ ਸਕੁਅਰ ਐਕਸ ਇਧਰ ਲਿਖ ਲਾਂਗੇ ਆਪਾਂ ਤੇ ਪਲੱਸ 0 ਟੂ ਪਾਈ ਬਾਈ 2 x ਦੀ ਰਿਪਲੇਸਮੈਂਟ ਕੀ ਨਾਲ ਕਰ ਦਾਂਗੇ ਆਪਾਂ ਮਾਈਨਸ x ਹੁਣ ਕੋਸ ਦੀ ਫੰਕਸ਼ਨ ਦੀ ਪ੍ਰਾਪਰਟੀ ਕੀ ਹੁੰਦੀ ਹੈ ਇੱਕ ਨਾ i ਮੰਨ ਲਓ ਜਿੰਨੇ ਵੀ ਪ੍ਰਾਪਰਟੀ ਵਾਲੇ ਸਨ ਡੈਰਿਵੇਟਿਵ ਕੋਸ ਦੀ ਪ੍ਰਾਪਰਟੀ ਕੀ ਹੁੰਦੀ ਹੈ ਨੈਗੇਟਿਵ x ਨੂੰ ਯਰੂ ਹੈ ਪੋਜ਼ਿਟਿਵ ਕਰ ਦੂਗਾ ਇਹ ਨੂੰ ਅਬਜ਼ਰਬ ਕਰ ਲੈਂਦਾ ਨੈਗੇਟਿਵ ਨੂੰ ਤਾਂ ਇਹ ਦੋਨੋਂ ਕੀ ਹੋਣੇ ਸੇਮ ਬਣ ਗਏ ਫਿਰ ਜੇ ਸੇਮ ਬਣ ਗਏ ਤਾਂ ਕੀ ਹੋ ਜੂਗਾ ਦਾ ਮੂਰੇ 2 ਹੋ ਜੂ 2 0 2 ਪਾਈ ਬਾਈ 2 ਕੋਸ ਸਕੁਅਰ x ਹੁਣ ਇੱਕ ਪ੍ਰਾਪਰਟੀ ਦੀ ਜ਼ਿਆਦਾ ਆਪਾਂ ਲਾਉਣੀ ਹੈ ਮੋਸਟਲੀ ਸਭ ਤੋਂ ਜ਼ਿਆਦਾ ਹੈਗੀ ਹੈ ਉਹ ਪ੍ਰਾਪਰਟੀ ਸੈਕਿੰਡ ਪ੍ਰਾਪਰਟੀ ਦੇ ਸਾਨੂੰ ਹੈਗੀ ਹੈ 0 ਟੂ a fx ਸਭ ਤੋਂ ਜ਼ਿਆਦਾ ਪ੍ਰਾਪਰਟੀ ਯੂਜ਼ ਹੋ ਰਹੀ ਹੈ ਇਹ ਕੀ ਲਿਖਣਾ ਦਾ ਆਪਾਂ ਜੇ ਪਹਿਲੇ 0 ਤੋਂ a ਆ ਤਾਂ ਕੀ ਲਿਖਣਾ ਆਪਾਂ x ਹੀ ਹੈਗਾ ਤਾਂ ਕੀ ਰਿਪਲੇਸ ਕਰਨਾ a - x
ਇਹ ਤੁਹਾਨੂੰ ਤੁਹਾਨੂੰ ਜ਼ਿਆਦਾਤਰ ਯਾਦ ਕਰਨਾ ਪਏਗਾ ਵੀ a minus x ਆਪਾਂ ਕਿਦੋਂ ਲਾਉਣੇ ਆ, ਕਿਦੋਂ ਦੀ ਜ਼ਰੂਰਤ ਪੈਂਦੀ ਹੈ ਆਪਾਂ। ਇੱਕ ਤਾਂ ਤੁਹਾਨੂੰ ਆਹ ਸਮਝੀ ਜ਼ਰੂਰਤ ਪੈ ਜਾਊਗੀ ਜੇ cos square ਆ ਰਿਹਾ, ਤੇ ਜੇ ਹੁਣ ਮੈਂ ਪ੍ਰੋਪਰਟੀ ਲਾਵਾਂ ਇੱਥੇ a minus x ਦੀ ਤਾਂ ਕੀ ਬਣ ਜਾਏਗਾ ਇਹ cos square a ਕੀ ਆਪਣੇ ਇੱਥੇ ਹੁਣ pi by 2, ਪਰ ਇਹਨੇ ਪ੍ਰੋਪਰਟੀ ਐਸੇ ਯਾਰ ਕਿ 0 ਟੂ a ਚਾਹੀਦਾ ਆਪਾਂ, ਥੱਲੇ ਕੁਝ ਨਹੀਂ ਚਾਹੀਦਾ। ਤਾਂ ਜਿਵੇਂ 0 ਤੋਂ a ਹੈਗਾ ਤਾਂ ਇਹਨੂੰ pi by 2 minus x square ਕਰੀਏ। ਤਾਂ cos 90 minus x, cos ਦਾ ਕਨਵਰਟ ਹੋ ਜਾਂਦਾ 90 ਵੇਲੇ sin ਦੇ ਵਿੱਚ, ਫਰਸਟ ਕੁਆਡਰੈਂਟ ਦਾ sin ਕੀ ਹੋਊਗਾ ਦਾ ਪੋਜ਼ਿਟਿਵ ਹੀ ਹੋਊਗਾ, ਤਾਂ ਪੋਜ਼ਿਟਿਵ sin square ਹੋ ਗਿਆ। ਹੁਣ ਤੁਸੀਂ ਇਹਦਾ ਬੈਨੀਫਿਟ ਕਿਵੇਂ ਲੈਣਾ, ਦੇਖੋ ਇਹਨੂੰ cos square ਨੂੰ sin square ਚ ਬਦਲਦਾ, ਤੁਸੀਂ ਆ ਦੋਨੋਂ ਟਰਮਾਂ ਨੂੰ ਕੀ ਕਰਦੇ ਕਰਾਂਗੇ ਐਡ ਕਰਦੇ। ਹੁਣ ਜੇ ਮੈਂ ਦੋਨੋਂ ਟਰਮਾਂ ਨੂੰ ਐਡ ਕੀਤਾ ਕੀ ਫਾਇਦਾ ਹੋਣਾ ਆਪਾਂ ਨੂੰ, ਇੱਧਰ i ਦੀ i 2 i ਹੋ ਗਿਆ, ਇੱਧਰ ਦੋਵਾਂ ਚ ਐਡ ਕੀਤਾ 2 ਕਾਮਨ ਆ ਜਾਊਗਾ, ਅੰਦਰ ਕੀ ਰਹਿ ਗਿਆ ਇੱਥੇ 0 ਟੂ pi by 2, ਇਹ cos square ਹੈ ਕੀ ਆ sin square ਆ ਤਾਂ ਪਲੱਸ ਹੋ ਜਾਂਦੀ, ਤਾਂ cos square x plus sin square x ਐਡ ਹੋ ਗਿਆ। ਹੁਣ ਇੰਟੀਗ੍ਰੇਸ਼ਨ ਕਰਨ ਦੀ ਜ਼ਰੂਰਤ ਹੀ ਨਹੀਂ ਪਈ, 2 ਨਾਲ 2 ਕੱਟ ਹੋ ਗਿਆ, cos square plus sin square ਕੀ ਹੁੰਦਾ ਆਪਾਂ ਨੂੰ 1, ਤਾਂ 1 ਦੀ ਇੰਟੀਗ੍ਰੇਸ਼ਨ ਕਰਨੀ ਪੈਣੀ ਕੱਲੀ dx ਦੀ ਇੰਟੀਗ੍ਰੇਸ਼ਨ x ਲਿਮਿਟ 0 ਟੂ pi by 2, ਤਾਂ ਆਨਸਰ ਆ ਗਿਆ pi by 2 minus 0 ਅਪਰ ਲਿਮਿਟ minus ਲੋਅਰ ਲਿਮਿਟ, ਤਾਂ i ਦੀ ਵੈਲਿਊ ਵੀ ਆ ਗਈ ਮੇਰੇ ਕੋਲੇ pi by 2 ਯੂਨਿਟਸ, ਸਕੇਅਰ ਯੂਨਿਟਸ ਹੁੰਦਾ ਹੈ ਐਕਚੁਅਲੀ, ਇਹ ਏਰੀਆ ਨੂੰ ਰਿਪਰੈਜ਼ੈਂਟ ਕਰ ਦਿੰਦੀ ਸੀ, ਤਾਂ ਕਿ ਸਕੇਅਰ ਯੂਨਿਟ ਲਿਖ ਦੇਣਾ ਜਿਹੜਾ ਹੀ ਆਨਸਰ ਹੈ। ਤਾਂ ਤਰੀਕਾ ਇਹਨੂੰ ਠੀਕ ਹੈ, ਇਸ ਤਰੀਕੇ ਨਾਲ ਤਾਂ ਫਾਇਦਾ ਇਹ ਹੁੰਦਾ ਕਿ ਆਪਾਂ ਇੰਟੀਗ੍ਰੇਸ਼ਨ ਕਰਨੀ ਨਹੀਂ ਪੈਂਦੀ, ਹੁਣ ਕਿ ਜਿੱਥੇ ਆਪਾਂ ਸਾਇੰਸ ਕੇ ਨੂੰ ਖੋਲਣਾ ਪੈਣਾ ਸੀ ਇਹਨੂੰ, ਹੁਣ ਆਪਾਂ ਪ੍ਰੋਪਰਟੀ ਦਾ ਕਿਸੇ ਦਾ ਸਮ 1 ਬਣ ਗਿਆ, ਆਨਸਰ ਹੀ ਖਤਮ ਹੋ ਗਿਆ। ਇਹ ਸਾਰੇ 1 ਮਾਰਕ ਸੀ ਕੁਐਸਚਨ ਜਿਹੜੇ ਮੈਂ ਦੱਸਿਆ ਤੁਹਾਨੂੰ, ਹੋਰ ਦੇਖੋ ਕਿਸ ਤਰ੍ਹਾਂ ਹੁੰਦੇ ਆਪਣੇ, ਜੇ ਇੱਕ ਦੋ ਹੋਰ ਕਰਦੇ ਆਪਾਂ। ਇੱਕ ਆ ਵੀ ਪ੍ਰੋਪਰਟੀ ਹੈਗੀ ਹੈ a ਟੂ b, ਇਹ ਥਰਡ ਪ੍ਰੋਪਰਟੀ ਹੈ fx, ਇਹਦੇ ਕੀ ਕਰ ਸਕਦੇ ਆਪਾਂ ਦੇਖੋ, ਅਗਰ ਹੁਣ ਆਪਾਂ ਜਦੋਂ 0 ਤੋਂ a ਸੀਗਾ ਤਾਂ ਪ੍ਰੋਪਰਟੀ ਕੀ ਲਈ ਆਪਾਂ fx dx, f ਦੀ x ਦੀ ਨੂੰ ਰਿਪਲੇਸਮੈਂਟ ਕਿਹਦੇ ਨਾਲ ਕੀਤੀ ਆਪਾਂ a minus x। ਬਟ ਅਗਰ a ਤੋਂ b ਆ ਇੱਥੇ ਵੀ ਇਹ ਪ੍ਰੋਪਰਟੀ ਲਾ ਸਕਦੇ ਆਪਾਂ ਹੁਣ, ਪਰ ਥੋੜਾ ਚੇਂਜ ਕੀ ਆਏਗੀ ਇੱਥੇ ਪ੍ਰੋਪਰਟੀ ਲਾਉਣ ਵਾਲੇ, ਲਿਮਿਟ ਹੋਈ ਰਹੇਗੀ, x ਨੂੰ ਰਿਪਲੇਸਮੈਂਟ ਕਿਹਦੇ ਨਾਲ ਕਰਨੀ ਆਪਾਂ, ਇਹਨਾਂ ਦੋਵਾਂ ਦਾ ਸਮ ਕਰਕੇ x ਮਾਈਨਸ ਕਰਦਾ, ਦੋਵਾਂ ਨੂੰ ਐਡ ਕਰਕੇ x ਮਾਈਨਸ ਕਰਨਾ। ਵੈਸੇ ਐਕਚੁਅਲੀ ਇੱਥੇ ਵੀ ਆਈ ਕੀਤਾ, ਇਹਨਾਂ ਦੋਵਾਂ ਨੂੰ ਐਡ ਕਰਕੇ x ਕਿਉਂ ਮਾਈਨਸ ਕੀਤਾ, ਪਰ 0 + a ਕੀ ਹੋਊਗਾ, a ਹੀ ਹੋਊਗਾ, ਤਾਂ ਕਿ a - x ਬਣ ਗਿਆ, ਪਰ ਇੱਥੇ a + b - x ਹੋ ਗਿਆ। ਹੁਣ ਇਹ ਪ੍ਰੋਪਰਟੀ ਦੇਖ ਕਿਵੇਂ ਵਰਤਦੇ ਆਪਾਂ, ਇੱਕੋ ਹੀ ਸਮਾਂ ਮੈਂ ਦੋਨੋਂ ਪ੍ਰੋਪਰਟੀ ਨਾਲ ਕਰਾਉਂਦਾ, ਮਤਲਬ ਅਗਰ 0 ਤੋਂ pi / 2 ਹੋ ਜਾਂਦਾ ਆਪਣੇ ਕੋਲ ਇੱਥੇ ਆ ਗਿਆ sin ਦੀ ਪਾਵਰ 7/2x ਓਵਰ sin ਦੀ 7/2 + cos ਦੀ 7/2, ਅਸਲ ਹੁਣ ਇਹ ਪ੍ਰੋਪਰਟੀ ਨੂੰ ਜਦੋਂ ਆਏ ਤਾਂ ਕਿਵੇਂ ਕਰਾਂਗੇ, ਦੇਖੋ ਤੁਹਾਨੂੰ ਨਾ ਸਮ ਪ੍ਰੋਪਰਟੀ ਵਾਲੇ ਚੈਪਟਰ 'ਚ ਆਊਗਾ ਹੀ ਹੋ ਜਾ, ਇੱਥੇ ਦੇਖ ਕੇ ਮਤਲਬ ਉਹ ਸਿੱਧਾ ਡਾਇਰੈਕਟਲੀ ਕਿਸੇ ਤਰੀਕੇ ਨਾਲ ਹੋਣਾ ਹੀ ਨਹੀਂ ਹੈ, ਇਹ ਪ੍ਰੋਪਰਟੀਜ਼ ਨਾਲ ਹੀ ਹੋਣਾ ਹੁੰਦਾ। ਤਾਂ ਇਹਦੇ ਨਾਲ ਦੇ ਸਭ ਦੇਖ ਕਿਵੇਂ ਹੋਣਗੇ, ਇਹਨੂੰ i ਮੰਨ ਲਓ 0 ਟੂ pi / 2 sin ਨੂੰ ਮੈਂ ਲਿਖਣਾ ਪ੍ਰੋਪਰਟੀ ਲਾ ਗਈ 0 ਟੂ a, ਇੱਕ ਨਾ ਇਹਦੀ ਰੂਲ ਆ ਜਦੋਂ ਵੀ ਆਪਾਂ 0 ਟੂ a ਪ੍ਰੋਪਰਟੀ ਲਾਉਣੇ ਆ ਤਾਂ ਜ਼ਿਆਦਾਤਰ ਸਮ ਚ ਆਪਾਂ ਕੀ ਕਰ ਦਿੰਦੇ ਨਾ ਇਹਨਾਂ ਦੋਨੋਂ ਐਡ ਕਰ ਦਿੰਦੇ ਆਪਾਂ, ਕਿ ਇਹਨੂੰ ਇੱਕ ਤਾਂ ਜਿਹੜਾ ਪਹਿਲਾਂ ਸ਼ੁਰੂ ਸਟੇਟਮੈਂਟ ਸੀ ਇੱਕ ਪ੍ਰੋਪਰਟੀ ਲਾਉਣ ਤੋਂ ਬਾਅਦ ਜਿਹੜੀ ਟਰਮ ਬਣੀ ਉਹਨਾਂ ਦੋਨੋਂ ਪਲੱਸ ਕਰ ਦਿੰਦੇ। ਹੁਣ ਇਹ ਪਹਿਲਾਂ ਵਾਂ ਪ੍ਰੋਪਰਟੀ ਲਾਉਣ ਤੋਂ ਬਾਅਦ ਕੀ ਬਣੇਗਾ, x ਦੀ ਜਗ੍ਹਾ ਕੀ ਲਿਖਾਂਗੇ ਆਪਾਂ ਜਿੱਥੇ x ਆ ਰਿਹਾ pi / 2 minus x, ਹਰੇਕ ਥਾਂ ਦੇ ਪੜ੍ਹਨੀ ਕੀ ਬਣ ਜਾਣਾ 90 sin 90 ਮੈਂ ਸਿੱਧਾ ਕਰ ਸਕਦਾ ਹੋ ਜਾਊਗਾ cos x ਦੇ ਵਿੱਚ, ਤੇ ਜੋ 0 ਟੂ pi / 2 sin 90 ਮੈਂ x ਹੋ ਗਿਆ ਆਪਣੇ ਕੋਲੇ cos ਦੀ 7/2 x, ਨੀਚੇ cos sin ਕਨਵਰਟ ਹੋ ਗਿਆ cos 7/2 x, cos ਕਨਵਰਟ ਹੋ ਗਿਆ sin ਦੇ ਵਿੱਚ, ਤਾਂ ਆਪਣੇ ਕੋਲੇ 2 ਆ ਗਿਆ। ਹੁਣ ਕੀ ਹੋਏਗਾ ਮੋਸਟਲੀ ਸਮ ਦੇ ਵਿੱਚ ਜਦੋਂ a - x ਦੀ ਪ੍ਰੋਪਰਟੀ ਲਗਾਉਂਗੇ ਆ ਤੇ ਅੰਦਰ ਇਹ ਦੋਨੋਂ ਤੁਹਾਡੇ ਕੋਲ ਵੈਲਿਊ ਬਣ ਗਈਆਂ, ਇੱਕ ਪ੍ਰੋਪਰਟੀ ਲਾਉਣ ਤੋਂ ਪਹਿਲਾਂ ਇੱਕ ਪ੍ਰੋਪਰਟੀ ਲਾਉਣ ਤੋਂ ਬਾਅਦ, ਤਾਂ ਪ੍ਰੋਪਰਟੀ ਲਾਉਣ ਤੋਂ ਬਾਅਦ ਅਗਰ ਫ੍ਰੈਕਸ਼ਨ ਦੇ ਵਿੱਚ ਆ ਸਾਨੂੰ ਤਾਂ ਡਿਨੋਮੀਨੇਟਰ ਆਲਵੇਸ ਕੀ ਹੋਣਗੇ ਇਹਨਾਂ ਦੇ ਸੇਮ ਹੋਣਗੇ,
पर ਤੁਸੀਂ ਇਹ ਪ੍ਰੋਪਰਟੀ ਲਾਉਣ ਤੋਂ ਪਹਿਲਾਂ ਸੋਚਣਾ ਕਿ ਅਸੀਂ ਅਗਰ ਇਹ ਪ੍ਰੋਪਰਟੀ ਲਾਈਏ a - x ਦੀ ਡਿਨੋਮੀਨੇਟਰ ਸੇਮ ਰਹਿ ਰਿਹਾ ਕਿ ਨਹੀਂ ਰਹਿ ਰਿਹਾ ਫਿਰ ਹੀ ਮੋਸਟਲੀ ਆਪਣਾ ਫਾਇਦਾ ਹੁੰਦਾ ਹੈ ਪ੍ਰੋਪਰਟੀ ਲਈ ਤਾਂ ਡਿਨੋਮੀਨੇਟਰ ਸੇਮ ਹੋਵੇ ਦੋਨਾਂ ਦੇ ਤਾਂ ਅਗਰ ਮੈਂ ਐਡ ਕਰਾਂਗਾ ਇਹਨਾਂ ਦੋਨਾਂ ਨੂੰ ਦੇਖੋ ਪਤਾ ਲੱਗ ਰਿਹਾ ਕੀ ਬਣੂਗਾ ਇੱਧਰ ਆਈ ਵੀ ਆਈ 2 ਆਈ ਇੱਧਰ ਦੋਵਾਂ ਦਾ ਡਿਨੋਮੀਨੇਟਰ ਸੇਮ ਆ ਤਾਂ ਐਲਸੀਅਮ ਕੀ ਆ ਜੂਗਾ ਸੇਮ ਆਹੀ sin ਦੀ 7/2x cos ਦੀ 7/2x ਤੇ ਉੱਪਰ ਦੋਨੇ ਐਡ ਹੀ ਹੋ ਜਾਣਗੇ sin ਦੀ 7/2 cos ਦੀ 7/2 ਤਾਂ ਫਾਇਦਾ ਕੀ ਹੋਇਆ ਆਪਾਂ ਦੋਵਾਂ ਦਾ ਪੂਰੀ ਦੀ ਪੂਰੀ ਟਰਮ ਕੈਨਸਲ ਹੋ ਗਈ ਤੇ ਰਹਿ ਗਈ ਇਹ ਗੱਲ dx ਤਾਂ dx ਦੇ ਇੰਟੀਗ੍ਰੇਸ਼ਨ ਹੋ ਜਾਣਗੇ ਪਰ ਸਭ ਤੋਂ ਜ਼ਰੂਰੀ ਚੀਜ਼ ਇੱਥੇ ਕੀ ਹੈ ਸਾਰੇ ਸਮ ਦੇ ਵਿੱਚ ਪਛਾਣ ਆਪਾਂ ਨੂੰ ਪਤਾ ਲੱਗ ਜੇਗੀ ਪ੍ਰੋਪਰਟੀ ਕਿਹੜੀ ਲਾਉਣੀ ਹੈ ਇੱਥੇ ਹੁਣ ਤੁਹਾਨੂੰ ਸੌਖਾ ਤਾਂ ਲੱਗ ਰਿਹਾ ਕਿ ਤੁਹਾਨੂੰ ਪਤਾ ਲੱਗ ਰਿਹਾ ਕਿ ਆ ਪ੍ਰੋਪਰਟੀ ਲਾਦੀ ਹੈ ਤੁਹਾਨੂੰ ਪਰ ਪੇਪਰ ਦੇ ਵਿੱਚ ਤੁਹਾਨੂੰ ਆਪਣੇ ਆਪ ਆਇਡੈਂਟੀਫਾਈ ਕਰਨਾ ਪੈਣਾ ਕਿ ਅਸੀਂ ਹੁਣ ਪ੍ਰੋਪਰਟੀ ਲਾਉਣੀ ਹੈ ਦੇ ਉੱਪਰ ਆਨਸਰ ਫਿਰ ਠੀਕ ਹੈ ਲਿਮਿਟ ਭਰ ਕੇ 2 ਜਿਹੜਾ ਆਈ ਨਾਲ ਸੀ ਉਹ ਡਿਵਾਈਡ ਕਰ ਦਿੰਦੇ ਹਾਂ ਤਾਂ ਇਹ ਮੋਸਟਲੀ ਜ਼ਿਆਦਾ 1 ਮਾਰਕਸ ਜਾਂ 2 ਮਾਰਕਸ ਦੇ ਕੁਐਸਚਨ ਹੀ ਹੈ ਠੀਕ ਹੈ ਇਸ ਤੋਂ ਵੱਧ ਨਹੀਂ ਇਹਨਾਂ ਦੇ ਵਿੱਚ ਆਉਂਦੇ ਹੁਣ ਇਹੀ ਸਮ ਉਹਦੇ ਇੱਥੇ ਆ ਜਾਂਦਾ ਆਹੀ ਇਹ ਪ੍ਰੋਪਰਟੀ ਲਾਉਣਾ ਮੈਂ ਇੱਥੇ ਹੁਣ ਇਹ ਇਹੀ ਸਮ ਆਉਂਦਾ ਇਹ ਦੇ ਪ੍ਰੋਪਰਟੀ ਨਾਲ ਪਤਾ ਕੀ ਹੋਣਾ ਸੀ ਇੱਥੇ ਲਿਖਣਾ ਸੀ ਉਹਨਾਂ ਨੇ ਪਾਈ ਬਾਈ 6 ਟੂ ਪਾਈ ਬਾਈ 3 ਆਈ ਲਿਖਣਾ ਸੀ ਸੇਮ ਸਮ ਹੁਣ ਦੇਖੋ ਇੱਥੇ ਕਿਵੇਂ ਪ੍ਰੋਪਰਟੀ ਲੱਗ ਜਾਂਦੀ ਤਾਂ ਲੱਗੇ ਨਹੀਂ ਹੈ ਕਿਵੇਂ ਲੱਗੇਗੀ ਦੇਖੋ ਹੁਣ ਆਪਾਂ ਸਿੱਧਾ a minus x ਨਹੀਂ ਕਰਦੇ ਨਾ ਦੋਨੋਂ ਪਲੱਸ ਕਰਕੇ x ਚ ਮਾਈਨਸ ਕਰਾਂਗੇ ਤੇ ਇਹਨਾਂ ਦੋਨੋਂ ਪਲੱਸ ਕਰਕੇ ਦੇਖੋ ਕੀ ਬਣੂਗਾ pi / 6 30 pi / 3 60 60 ਤੇ 30 ਨੂੰ ਪਲੱਸ ਕੀਤਾ 90 ਤਾਂ ਉਹੀ pi / 2 - x ਨਹੀਂ ਬਣ ਗਿਆ ਤੇ ਇਹਨਾਂ ਦੋਨੋਂ ਪਲੱਸ ਕਰਕੇ ਆਪਾਂ x ਮਾਈਨਸ ਕਰਾਂਗੇ ਤਾਂ ਇਹ 90 - x ਬਣ ਜਾਣਾ ਆ ਸੇਮ ਸਮ ਹੀ ਬਣ ਜਾਣਾ 90 - x ਹੋ ਗਿਆ ਤਾਂ ਇਹ ਕਾਚ ਬਦਲ ਜੂ cos sin sin cos ਡਿਨੋਮੀਨੇਟਰ ਸੇਮ ਰਹਿ ਜੂ ਐਡ ਕਰਾਂਗੇ ਤਾਂ ਇੱਥੇ x ਆ ਜੂਗਾ ਬਸ ਲਾਸਟ ਤੇ ਬਤ ਹੋਊਗਾ ਹੁਣ ਇੱਥੇ 0 ਟੂ ਪਾਈ / 2 ਸੀ ਇਹ ਸਮਝ ਕੀ ਆ ਜਾਏਗਾ ਇੱਥੇ pi / 6 ਟੂ pi / 3 ਬਸ ਉਹ ਸਾਨੂੰ ਲਿਮਿਟ ਬਣੀ ਜਾਂਦੀ ਲਾਸਟ ਤੇ ਤਾਂ ਇਹ ਸਮ ਇਹ 0 ਟੂ a ਤੱਕ ਵੀ ਆ ਸਕਦਾ ਪ੍ਰੋਪਰਟੀ ਲੱਗ ਕੇ ਤੇ ਆ ਵੀ ਆ ਸਕਦਾ ਪਰ ਤਿਆਰ ਕੇ ਜਦੋਂ ਦੋਨੋਂ ਦੋਨੋਂ ਪਲੱਸ ਕਰੋਗੇ ਮੋਸਟਲੀ pi / 2 ਹੀ ਬਣੂਗਾ ਇਹਨਾਂ ਦਾ ਤਾਂ ਉਹੀ ਸੇਮ ਪ੍ਰੋਪਰਟੀ ਲੱਗ ਜਾਂਦੀ ਵਿੱਚ ਤਾਂ ਦੋਨੋਂ ਪ੍ਰੋਪਰਟੀ ਯਾਦ ਰੱਖਣੀ ਹੈ ਅਗਰ ਕੱਲੀ a ਦਾ a - x ਲਾਉਣਾ ਅਗਰ a ਟੂ b ਹੋਇਆ ਫਿਰ a plus b minus x ਲਾਉਂਗੇ ਇੱਕ ਆ ਸੇਮ ਸਮ ਇਸ ਤਰ੍ਹਾਂ ਰੂਟ ਦੀ ਫਾਰਮ ਚ ਲਿਆ ਹੈ ਰੂਟ sin x plus ਰੂਟ cos plus ਰੂਟ sin ਹੁਣ ਦੇਖਣ ਤਾਂ ਇਹ ਸਮ ਔਖਾ ਲੱਗ ਰਿਹਾ ਹੈ ਪਰ ਜੇ ਆਪਾਂ ਪ੍ਰੋਪਰਟੀ ਲਾ ਕੇ ਕਰਾਂਗੇ ਤਾਂ ਸੇਮ ਉਹੀ ਬਣਨਾ ਨੀਚੇ a minus x ਕਰਾਂਗੇ ਆ sin cos ਸੇਮ ਰਹਿ ਜਾਣਗੇ ਐਡ ਕਰਾਂਗੇ ਤਾਂ ਉੱਪਰ ਵੀ ਸੇਮ ਥੱਲੇ ਵੀ ਸੇਮ ਕੱਟ ਗਈ ਹੈ ਜੋ ਉਹਦਾ x ਰਹਿ dx ਰਹਿ ਜੂਗਾ ਉਹਦੀ ਇੰਟੀਗ੍ਰੇਸ਼ਨ x ਕਰਕੇ ਲਿਮਿਟ ਵਰਤ ਗਈ ਤਾਂ ਇਹ ਵੀ ਵੱਧ ਮਾਰਕਸ ਦੀ ਕੁਐਸਚਨ ਜਦ ਕਰਾ ਜਿਹੜੀ ਆਉਣੀ ਇੱਕ ਆ ਮਾਈਨਸ a ਤੋਂ ਇੱਕ ਹੋਰ ਦੋ ਐਗਜ਼ਾਮਪਲ ਆ ਗਈ ਮਾਈਨਸ a ਟੂ ਪਲੱਸ a ਆ ਗਈ ਕਰ ਸਕਦਾ ਇਹ ਬਸ ਤਿੰਨ ਪ੍ਰੋਪਰਟੀ ਹੁਣ ਤਾਂ ਕਰ ਚੁੱਕੇ ਆ ਕਿਹੜੀ ਕਿਹੜੀ ਕੀਤੀ ਆਪਾਂ ਇੱਕ 0 ਟੂ a ਐਫ ਐਕਸ ਨੂੰ ਆਪਾਂ ਲਿਖਿਆ ਸੀਗਾ 0 ਟੂ a ਐਫ a ਮਾਈਨਸ x ਅਗਲੀ ਲਿਖੀ ਆਪਾਂ a ਟੂ b ਐਫ ਐਕਸ ਨੂੰ ਬਗੀ ਲਿਖਿਆ ਐਫ a ਪਲੱਸ b ਮਾਈਨਸ x ਇੱਕ ਥਰਡ ਆਪਾਂ ਕੀਤੀ ਸੀ ਇਹਦੀ ਮਾਈਨਸ a ਤੋਂ ਪੋਜ਼ਿਟਿਵ ਹੈ ਇਹਦੇ ਚ ਆਪਾਂ ਕੀ ਲਿਖਦੇ ਆ 0 ਟੂ a ਐਫ ਐਕਸ ਪਲੱਸ 0 ਟੂ a ਐਫ ਮਾਈਨਸ x ਤਿੰਨ ਪ੍ਰੋਪਰਟੀ ਦੇ ਬੇਸ ਤੇ ਆਪਾਂ ਸਮਝੀ ਦੇ ਜਿਹੜੀ ਆ ਲਾਸਟ ਪ੍ਰੋਪਰਟੀ ਦੇ ਇੱਕ ਦੋ ਸਮ ਹੋਰ ਦੇ ਦਿਓ ਇੱਕ ਸਮ ਦੇਖੋ ਮਾਈਨਸ 1 ਟੂ ਪਲੱਸ 1 ਇਹਦੀ ਪਛਾਣ ਬਹੁਤ ਔਖੀ ਆ ਜਦੋਂ ਵੀ ਤੁਹਾਨੂੰ ਇਸ ਤਰ੍ਹਾਂ ਸਮ ਆ ਗਿਆ ਵੇਖੋ ਮਾਈਨਸ a ਤੋਂ ਪਲੱਸ a ਪ੍ਰੋਪਰਟੀ ਤੁਹਾਡੇ ਨਾਲ ਦੇ ਦਿਮਾਗ ਚ ਆ ਜਾਏਗੀ ਪ੍ਰੋਪਰਟੀ ਨਾਲ ਹੋ ਸਕਦਾ ਤੇ ਪ੍ਰੋਪਰਟੀ ਕਿਹੜੀ ਆ ਰਹੀ ਹੈ 0 ਟੂ a ਹੁਣ ਮਾਈਨਸ a ਤੋਂ a a 1 ਆਪਣੇ ਵਾਸਤੇ ਤਾਂ ਪ੍ਰੋਪਰਟੀ ਅਕੋਰਡਿੰਗ ਕੀ ਹੋਊਗਾ 0 ਟੂ 1 fx ਮਤਲਬ ਇੱਕ ਵਾਰ ਆਪਾਂ ਉਹੀ ਲਿਖਣਾ x ਨੂੰ ਨੈਕਸਟ ਟਾਈਮ ਕੀ ਕਰਨਾ 0 ਟੂ a x ਦੀ ਰਿਪਲੇਸਮੈਂਟ ਕਿਹਨਾਂ ਹੋ ਜਾਏਗੀ ਮਾਈਨਸ x ਦਾ ਤੇ cos ਦੀ ਪਾਵਰ 4 ਮਾਈਨਸ x ਤਾਂ ਅੱਗੇ ਹੋਇਆ ਪੋਜ਼ਿਟਿਵ cos ਨੈਗੇਟਿਵ ਨੂੰ ਕੀ ਕਰ ਲੈਣਾ ਨੇ ਅਬਜ਼ਾਰਬ ਕਰ ਲੈਣਾ
ਨੈਗੇਟਿਵ ਅਬਜ਼ਾਰਬ ਕਰਕੇ ਤਾਂ ਪੋਜ਼ਿਟਿਵ ਕੋਸ ਦੀ 4 ਹੋ ਗਿਆ ਬਟ ਇਹਦਾ ਮਾਈਨਸ x ਆ ਇਹਦੀ ਪਾਵਰ ਆਊਟ ਹੋ ਰਹੀ ਹੈ ਤਾਂ ਆਊਟ ਪਾਵਰ ਇਹਨੂੰ ਕੀ ਕਰ ਦੇਣਾ ਮੈਂ ਨੈਗੇਟਿਵ ਉਹ ਨੈਗੇਟਿਵ ਪਲੱਸ ਇੱਕ ਪਲੱਸ ਹੋ ਗਿਆ ਇੱਕ ਮਾਈਨਸ ਹੋ ਗਿਆ ਪਲੱਸ ਮਾਈਨਸ ਦੀ ਮਲਟੀਪਲਾਈ ਨੈਗੇਟਿਵ ਇੱਥੇ ਨੈਗੇਟਿਵ ਆ ਜੂਗੀ ਤਾਂ ਇਹ ਨੈਗੇਟਿਵ ਜਿਹੜੀ ਹੋ ਗਈ ਇਹ ਬਾਹਰ ਆਈ ਇਹ ਪੂਰੀ ਦੀ ਪੂਰੀ ਟਰਮ ਹੀ ਕੱਟ ਹੋ ਗਈ ਇੰਟੀਗ੍ਰੇਸ਼ਨ ਕੀ ਆ ਗਈ ਆਪਣੀ 0 ਹੋ ਗਈ ਠੀਕ ਹੈ ਹੋਰ ਦੇਖੋ ਇੱਕ ਸਾਰੇ ਨੂੰ ਆਉਂਦਾ माइनस फाइव बाय टू प्लस फाइव बाय टू एक्स डी क्यूब ई डी पावर साइन स्क्वायर एक्स ज्यादा ना कि पहचान एक ही होनी तुम आई इस प्रॉपर्टी पे तो बे चिचको के तुम यह प्रॉपर्टी ला दे बस ये ना देखो कि बनो की किमें बनो वो अपने आप ही बनना जो तुम बनना है तो ये आ जाएगा जीरो टू ए सेम फंक्शन जिमें वो भी देख लिया नेक्स्ट टाइम जीरो टू ए ते एक्स की जगह रिप्लेसमेंट होगी माइनस ते साइन स्क्वायर माइनस एक्स हम थोड़ा ध्यान देना चाहिए देखो जरा साइन का एंगल होता है बाहर आ जाता था पर ये एंगल तो बाहर आऊगा ठीक है तो यदि स्क्वायर हो रहा पावर इतने मतलब जो स्क्वायर होगा तो क्या होगा वो पॉजिटिव हो जाता जो स्केयर हो जाए उन्हें की होना वा पॉजिटिव हो जाता वा तो फिर ए पॉजिटिव हो गया बट आ एक्स से क्यूब एडी ए नेगेटिव रहेगी तो ए नेगेटिव में क्या आना थे बाहर आ गया मल्टीप्लाई सेम नंबर बन जाएगा दोनों तो कैंसिल हो गया आंसर जीरो है प्रेयर रटना मामले में भी आंसर हमेशा जीरो ही बनता था एक गलता समय था ई भी एक्स का बनता हूँ बनता नहीं फिर कुछ प्रॉपर्टी लॉन्ग तो बाद वन बच जाता था कुछ इस तरह जैसा मानो क्लियर नहीं याद आ रहा चलो देखना एक बार लिख के ले याद आ गया है क्या ये तो सब क्लियर हाँ एच पर जीरो नहीं बन रहा सर माइनस फाइव बाय टू प्लस फाइव बाय टू एक्स दी क्यूब एक्स कॉस एक्स टेन दी फाइव ते प्लस वन देखो मैं तुम्हें अगे भी कहना ना जिहड़ा सीबीएसई है ना बोर्ड या कोई भी बोर्ड जिहड़ा पंजाब बोर्ड तों छड्ड के वो तुम्हें सौखे नंबर नहीं दूगा कदे भी तुम्हें आए नहीं तुम बिना दिमाग लाए हम देखो आह प्रॉपर्टी तो हरेक ही याद करूंगा माइनस ए दो ला दो आंसर जीरो आ गया पर यह सब वो पाऊगा ही नहीं तुम्हें कोई ना कोई माड़ी मोटी घुंडी नहीं कहते हैं वो एक अद्धी पसंद नहीं बच्चे उन्होंने हम तो यह सामा देखो माइनस ए तो ए प्रॉपर्टी ला दी तुम फस जाना इतने किमें फसाओगे देखो आ तीनों ऑड फंक्शन है इन्हें तिना ने नैगेटिव बाहर कर देनी है जो प्लस वन वो एड्रेस हो ठीक है तुम की करना फिर पहले देख लो जो मैं माइनस ए तो ए प्रॉपर्टी बना इतने माइनस एक्स भरया यह नैगेटिव बाहर आ गई है ए माइनस एक्स भरया ए नैगेटिव बाहर आ गई कॉस ने नैगेटिव अब्जॉर्ब कर लेनी है ओवरऑल टर्म भी की होगी नैगेटिव टैन दे एच नैगेटिव एक्स भरया ए भी नैगेटिव बाहर आ जानी है ओवरऑल भी की हो गया नैगेटिव पर वन दे विच तां मैं नैगेटिव थोड़ा भरांगे वन तो उवें रहूगा ते जे मैं उहनूं इकट्ठे रख के प्रॉपर्टी लाती वो कैंसल नहीं होने फिर आपां की करना जिहड़ा ऑड फंक्शन है जिन्ना उहनूं ऐड कर लो आपां प्रॉपर्टी कर दिंदे इंटीग्रेशन दा रूल होंदा जे प्लस 40 तां हरेक दी इंटीग्रेशन की कर सकदे आ अलग अलग कर सकते ए वन नूं की कर लो अलग कर लो कल्ला वन दी इंटीग्रेशन अलग करती बाकी दी करती आपां अलग करती हुण आपां पता ही जे मैं प्रॉपर्टी लाऊंगा जीरो तो ए करके माइनस एक्स पर होगा सारे की बनने आ नैगेटिव नैगेटिव कॉमन आउट हो गए सारे की होना आपां वो कट हो जाए इहदी इंटीग्रेशन की आनी है जीरो कल्ला की रह गया वन इत्थे थोड़ा प्रॉपर्टी लाउण दी लोड़ आपां नूं सीधा वन दी इंटीग्रेशन की कर देनी आपां एक्स ਤੇ ਮਾਈਨਸ ਪਾਈ ਬਾਈ 2 ਪਲੱਸ ਪਾਈ ਬਾਈ 2 ਲਿਮਿਟ ਭਰ ਦੇਣੀ ਹੈ ਤਾਂ ਅਪਰ ਲਿਮਿਟ x ਇਸ ਜਾਂਦੇ ਪਾਈ ਬਾਈ 2 ਮਾਈਨਸ x ਦੀ ਜਗ੍ਹਾ ਤੇ ਮਾਈਨਸ ਪਾਈ ਬਾਈ 2 ਤੇ ਪਲੱਸ ਹੋ ਕੇ ਅੰਦਰ ਹੀ ਆਉਂਦਾ ਫਾਈਨਲ ਠੀਕ ਹੈ ਤਾਂ ਤਰੀਕਾ ਹੈ ਜਾਇ ਕਰੇ ਕਰੋ ਜੇ ਪੰਜ ਚਾਰ ਫੰਕਸ਼ਨ ਹਨ ਤੁਸੀਂ ਚਾਰ ਹੀ ਐਡਡ ਕਰ ਲਓ ਇਹ ਵੀ ਤਰੀਕਾ ਹੈ ਕਿ ਜ਼ਰੂਰੀ ਆਪਾਂ ਪਤਾ ਲੱਗ ਗਿਆ ਕਿ ਆਪਾਂ ਲੱਭਣ ਲੱਗ ਗਏ ਕਿਹੜਾ ਔਡ ਕਿਹੜਾ ਇਮਾਨਾ ਉਹ ਆਪ ਹੀ ਪਤਾ ਲੱਗ ਗਿਆ ਚਾਰਾਂ ਵੀ ਨਹੀਂ ਕਰ ਲਓ ਅਲੱਗ ਅਲੱਗ ਕਰ ਲਓ ਜਿਹੜੇ ਕੱਟੇ ਗਏ ਜਿਹੜਾ ਬਚ ਗਿਆ ਉਹਦੀ ਕਰ ਦਾਂਗੇ ਇੰਟੀਗ੍ਰੇਸ਼ਨ ਨਾਲ ਕਰ ਦਾਂਗੇ
तो वही कर सकते हैं। ठीक है ठीक है अपने कौन एक और देखो इधर एक थोड़े जो एक प्रॉपर्टी के बेस पे थोड़ी ओके समझ आ गया ओके मैं कर दूं चलो मॉडल कर देते हैं प्रॉपर्टी फिर जाते हैं पहला सिंपल ही कर लिए सारे। देखो एक चैप्टर था ना मैं तुम्हें ना फायदा की होता है ना ये चैप्टर हो सकता औखा लगे तुम्हें पर इधर मेन एडवांटेज की है चैप्टर का कितने तुम्हें एंटीवेशन या 10 12 एक्सरसाइज करके उन्ने नंबर का पेपर होना वा कितने सिर्फ तुम्हें एक एक्सरसाइज करके उन्ने नंबर का पेपर आएगा 8 नंबर ते एक एक्सरसाइज होना ते 8 नंबर दा पूरे पहले चैप्टर च होना 12 दिन एक्सरसाइज च ते थोड़ा जोर इते दे सकदे ज्यादा पेपर दी वेटेज ज्यादा दे दे ठीक है इने कोई औखी है ते छड़ दो पहले 10 कर लिए जे तुम पहले 10 कर लिए ना कीती ते थोड़े सब नंबर अधे रह जाने तेरे अगली प्रॉपर्टी देखो तेरे नाम दी मॉडुलस दी प्रॉपर्टी है अगर अपनो में लिमिट है मॉड एक्स प्लस 3 ऐसा ये एग्जांपल देखी समझा दे दोनों में ते अपनो के लिमिट हैगी है माइनस थोड़ा माइनस रख लो देखो सो ओके लिमिट हैगी है 1 टू 5 एक नंबर ते सब सुख ही होगा पर ये 2 या 3 चाहे थोड़ा बोल्ड कर लेंगे दिस तो तुसी मॉडुलस दे अंदर नंबर देखना पॉजिटिव नंबर 0 किथे बन रहा है इहदा मॉड दे अंदर नंबर आ ये 0 किथे बन रहा है देखो तो किथे बन रहा है 0 ही 3 ते तो 1 टू 5 लिख लो इस साइड पे अब 1 ना शुरू हो रही लिमिट किथे जा रही है 5 तक ठीक है 0 किथे बन रहा है 3 ते 3 ये विचार इथे देखो ये वाला 1 तो 3 तक ने की रहना नेगेटिव रहना 3 टू 5 तक ने की रहना पॉजिटिव तो मैं 3 तो कोई बड़ा नंबर बनो नहीं की रहना पॉजिटिव तो लिमिट को ब्रेक कर लेना कि मैं 1 2 3 ਮੋੜਦਾ ਸਭ ਹਟਾ ਕੇ ਮੁਰੇ ਕੀ ਲਗਾਉਂਗੇ ਸਾਈਨ ਦੇ ਨੈਗੇਟਿਵ ਤੇ 3 ਟੂ 5 ਮੋੜਦਾ ਸਟਾ ਕੇ ਦੇ ਕੀ ਲਗਾ ਦਿੰਦੇ ਆਪਾਂ ਪੋਜ਼ਿਟਿਵ ਹੁਣ ਇਹ ਨੋਰਮਲ ਇੰਟੀਗ੍ਰੇਸ਼ਨ ਕਰਦੇ ਆਪਾਂ ਪਾਵਰ ਨੂੰ ਲੱਗ ਗਏ ਸਾ ਮਾਈਨਸ ਅੰਦਰ ਲੈ ਲਿਓ ਇਹਦਾ x ਸਕੁਅਰ ਬਾਈ 2 ਬਣ ਜੂ ਪਲੱਸ 3 ਦੀ ਇੰਟੀਗ੍ਰੇਸ਼ਨ 3x ਲਿਮਿਟ 1 ਟੂ 3 ਲਿਮਿਟ ਵੀ ਥੋੜੀ ਧਿਆਨ ਨਾਲ ਭਰਿਆ ਕਰੋ ਇਹ ਲਿਮਿਟ ਬਣ ਚੁਕੀ ਸਾਈਨ ਦੀ ਗੜਬੜੀ ਹੋ ਜਾਂਦੀ ਹੈ ਤੋ ਧਿਆਨ ਰੱਖਿਓ x ਸਕੁਅਰ ਬਾਈ 2 ਮਾਈਨਸ 3x लिमिट 3 टू 5 तो लिमिट्स भर के अपर लिमिट माइनस लोअर लिमिट पर लिमिट भरने के लिए क्या ना मैं साइन का ध्यान रखी देता जिवें इथे 3 भरया माइनस 9 बाय 2 प्लस 9 इनु ब्रैकेट कर दो फिर माइनस पा के ब्रैकेट फिर शुरू कर ले करो ताकि ये साइन की गड़बड़ी ना हो 1 भरया माइनस 1 बाय 2 प्लस 3 कई बच्चे ना इथे भी गलती करते हैं वो की करते हैं कि ये मान लो इथे माइनस 1 भरता है या 1 भरया मैं ਉਹ ਸੋਚਦੇ ਕਿ 1 ਦਾ ਸਕੁਅਰ ਹੋ ਗਿਆ ਉਹ ਨੈਗੇਟਿਵ ਨੂੰ ਵੀ ਪੋਜ਼ਿਟਿਵ ਕਰ ਦਿੰਦੇ ਕਿ ਸਕੁਅਰ ਹੋ ਗਿਆ ਤਾਂ ਕਿ ਨੈਗੇਟਿਵ ਕੀ ਹੋ ਗਈ ਪੋਜ਼ਿਟਿਵ ਇਹ ਨੈਗੇਟਿਵ ਬਾਹਰ ਆ ਰੋ ਉਹਦੇ ਚ ਸਕੁਅਰ ਚ ਇਹਨੇ ਨੈਗੇਟਿਵ ਹੀ ਰਹਿਣਾ ਜਿਵੇਂ ਹੈਗੀ ਜੇ ਉਹ ਅੰਦਰ ਨੈਗੇਟਿਵ ਅੰਦਰ ਭਰਦੇ ਆ ਬੈਕਸਿਸ ਆਂਦੇ ਉਹਦਾ ਸਕੁਅਰ ਪੋਜ਼ਿਟਿਵ ਹੋਣਾ ਸੀ ਇਹ ਹੋ ਗਿਆ ਫਰਸਟ ਪਾਰਟ ਫਿਰ ਆ ਸੈਕੰਡ ਦਾ ਵੀ ਕਰਨਾ 5 ਦਾ ਸਕੁਅਰ 25 ਬਾਈ 2 ਮਾਈਨਸ 15 ਅਪਰ ਲਿਮਿਟ ਮਾਈਨਸ ਲੋਅਰ ਲਿਮਿਟ 3 ਪਰ ਆਣਾ 9 by 2 minus 9 बस इनो सॉल्व कर लोगे प्लस माइनस करके आंसर मिल जाएगा पर ये 1 मार्क्स या 2 मार्क्स तक ही होगा लिमिटेड है थोड़ा ये लंबा करना है समझ में आई नहीं कर सकते हैं एक का सब चीज ना अब ये 3 मार्क्स तक चला जाएगा समझ रहा लिमिट है 2 टू 4 मॉड x माइनस 2 x minus 3 x minus 4 dx तीन चीजें आनी चाहिए ऐसे और पहला काम तो ये करना जे तीन मॉडुलस फंक्शन आ गए तो पहला भाई यार कितना दी इंटीग्रेशन कर देंगे अलग अलग कर देंगे फर्स्ट ही अलग सेकंड ही अलग थर्ड ही अलग और हर एक का अलग अलग देखना बहुत सौखा है ਇਹ ਇੱਕ ਸਮ ਤਿੰਨ ਸਮ ਬਣ ਗਏ ਅਗੇ ਇੱਕ ਸਮ ਸੀ ਉਹ ਤਾਂ ਪਹਿਲਾ ਸਮ ਕੀ ਹੈ 0 ਕਿੱਥੇ ਬਣ ਰਿਹਾ ਹੈ 2 ਤੇ ਤਾਂ ਇੱਥੇ 2 ਲਿਖ ਲਓ ਲਿਮਿਟ ਕੀ ਹੈ ਜੀ ਪਹਿਲਾਂ ਲਿਮਿਟ ਦੇਖ ਲਓ ਲਿਮਿਟ ਕੀ ਹੈ 2 ਤੋਂ 4 ਲਿਮਿਟ 2 ਤੋਂ 4 0 ਕਿੱਥੇ ਬਣ ਰਿਹਾ ਹੈ 2 ਤੇ ਉਹ ਵੀ ਆ ਇੱਥੇ ਆ ਗਿਆ ਪੁਆਇੰਟ ਹੁਣ 2 ਤੋਂ 4 ਦਾ ਕੀ ਹੈ ਇਹ 2 ਤੋਂ ਵੱਡੇ ਨੰਬਰ ਵਾਸਤੇ ਪੋਜ਼ਿਟਿਵ ਰਹਿਣਾ ਤਾਂ ਇਹ ਚ ਲਿਮਿਟ ਆ ਤੋੜਨ ਦੀ ਲੋੜ ਹੀ ਨਹੀਂ ਕਿਉਂਕਿ 2 ਤੋਂ 4 ਤੱਕ ਸਾਰੇ ਨੰਬਰਾਂ ਦੇ ਕੀ ਆ ਪੋਜ਼ਿਟਿਵ
थ्री हो रहा तो कैसे कट जाएगा, टू तो थ्री नैगेटिव रहेगा है, थ्री तो फोर तक थ्री तो जीरो बन गया ना, तो थ्री तो फोर तक एक ही रहेगा पॉजिटिव। लास्ट वाला ए फोर तो जीरो बन रहा पर लिमिट की है थी टू तो फोर, हम टू तो फोर तक कहने की रहना इको साइन ही रहना नैगेटिव ही रहना, फोर से जीरो हो रहा ना, हम जीरो कितने हो रहे पहले देख रहे हम फोर से जीरो हो रहा, तो टू तो फोर तक यानी सारे नंबर की रहना वा टू आ फोर ये फोर से जीरो बन रहा है, पर फोर तो छोटे नंबर वाले यानी की रहना होता नैगेटिव, मतलब लिमिट दो से तोड़ने की लोड़ ही नहीं है, सीधा नैगेटिव लिख के जीरो टू फोर। दो पार्ट अपन कितने करने पड़ते हैं, पहले वाले देखा तो क्योंकि लिमिट टू तो फोर से जीरो इन बिटवीन बन रहा है टू तो फोर के, ताकि ये दो पार्ट करने पाए पहले चौथे दिन नहीं करने पड़े। हाँ लिमिट टू तो फोर ही होगी क्योंकि बाद इंटीग्रेशन सिंपल जिम्मे करते हैं, पर इसे प्रॉपर्टी के बेसिक फाइव मार्क्स का क्वेश्चन भी आ सकता है इस प्रॉपर्टी के बेस पे मॉडुलस दी ब्रेक डाउन करने वाली। ठीक है प्रॉपर्टी ये है कि अपने फोर्थ या फोर्थ सी हां एक से तो बड़ा लंबा क्वेश्चन हमारा देखो कि मैं आया या क्वेश्चन तो एनसीईटी भी हैगा, एनसीईटी से सीनियर एग्जांपल है माइनस वन टू एक्स क्यूब माइनस एक्स ये आ सकता है एनसीईटी एग्जांपल है यार माइनस वन टू टू है मॉडल्स आ गया हूँ उत्ते तो क्लियर पता लग रहा है कितने कितने जीरो हो रहे हैं या कितने पॉजिटिव बन रहे हैं कितने की बन रहे हैं नेगेटिव, पर ये नहीं क्लियर होना पा किड़े नंबर वास्ते पॉजिटिव है किड़े नंबर वास्ते की है नेगेटिव है, तुसी की करना है इनू फैक्टराइज कर लेना, फैक्टराइज करके क्यों निकलो फैक्टराइज ने एक्स कॉमन करके अंदर की रह गया एक्स स्क्वायर माइनस वन, एक्स स्क्वायर माइनस वन दे फिर फैक्टर बन गए ए स्क्वायर माइनस बी स्क्वायर दी एंटी हो गई एक ए प्लस बी ए माइनस बी तीन फैक्टर हो गए। ठीक है हम तिना फैक्टर च अपन नेगेटिव ही है नहीं होना माइनस वन तक टू तक कितने पॉजिटिव नेगेटिव है, फिर अपन इंक्रीजिंग डिक्रीजिंग वाला कंसेप्ट ला होते थे क्रिटिकल पॉइंट कट गए थे इन इक्वल टू जीरो के क्रिटिकल पॉइंट करते थे ना अपन तीन क्रिटिकल पॉइंट आए हैं केड़े केड़े जीरो आएगा एक माइनस वन आएगा एक प्लस वन आएगा, तो इन लेफ्ट टू राइट लिख देते हैं बस स्मॉल एस सब तो पहले लिखो माइनस वन फिर जीरो फिर वन फिर वही साइन में राइट लेफ्ट साइड नो नेगेटिव राइट साइड नो पॉजिटिव तो हाँ नेगेटिव हो गया इधर ए पॉजिटिव हो गया जीरो तो छोटे आस्ते नेगेटिव हो गया बड़े वाली पॉजिटिव हो गया वन तो छोटे वाली नेगेटिव हो गया पॉजिटिव हो गया तीन इंटरवल जिन्होंने कट लेना है। ठीक है पर अपन स्टार्ट उठी करना माइनस वन तो टू तक ही आवेंगे अपन तो इतने ही स्टार्ट करेंगे इधर देखने की लोड नहीं है माइनस वन तो पहले जीरो तक ही आवेंगे जीरो तो वन वन तो अपन इतने गाने तक ही लिख लेने हैं टू तक क्योंकि अपन टू तक जाना है एंड कितने अपनी लिमिट टू से हो रही है और माइनस वन तो जीरो तक देखो की बनेगा एक पॉजिटिव है दो नेगेटिव है नेगेटिव नेगेटिव पॉजिटिव की मल्टीप्लाई पॉजिटिव दो नेगेटिव एक पॉजिटिव दो पॉजिटिव एक नेगेटिव नेगेटिव पॉजिटिव 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 तो लिमिट कितने से टू की दी तीन से माइनस वन तो जीरो चाहे हम अपन आई निकला गए फैक्टर बना के अपन फिर मल्टीप्लाई करनी पड़नी है अपन इंटीग्रेशन करने से तो फैक्टर तो अपन जस्ट हूं चेक करने से बना ली तो साइड पे भी बना सकते हो जीरो नहीं पैसे जो करने में चाहे तो इस वैल्यू ने की बनाया ये वैल्यू होना अपन इन्हें यूज कर देंगे ये वैल्यू की बनी है माइनस वन तो जीरो वास्ते पॉजिटिव तो मॉड हटा के की लिख दो देंगे पॉजिटिव क्योंकि अपन इंटीग्रेशन करनी सौखी है फिर जीरो टू वन जीरो टू वन की है नेगेटिव दे दे के मॉड हटा के नेगेटिव कर दो ते लास्ट 1 टू 2 की रह रहे है पॉजिटिव तब मॉड हटा के की लगा दो पॉजिटिव और जब हम नॉर्मल इंटीग्रेशन करते हैं वो कर दो। ठीक है ये 3 मार्क्स का क्वेश्चन इस तरह आता था कि पहला अपन फैक्टराइज करके ब्रेक डाउन करना पड़ा क्रिटिकल पॉइंट कटन तो बाद
फिर आइडेंटिफाई होएगा अपने कोले एक ही ट्रिग्नोमेट्री वाला भी हैगा उधरों छे नंबर जी आ सकता इसे प्रॉपर्टी दे बेस्ट ਇਹ ਸਭ ਤੋਂ ਆਈ ਨਹੀਂ ਹੁੰਦੀ ਉਹ ਆਉਣੀ ਨਹੀਂ ਆਈ ਜੇ ਹੈ ਆਉਣੀ ਆਉਣੀ ਹੈ ਜੇ ਇਹਨਾਂ ਚ ਹੀ ਆਉਣੀ ਕਿਸੇ ਨੂੰ ਚੁੱਕਣ ਕੋਈ ਸਮਾਂ x sin pi x ਮੋਡਲਸ ਦੇ ਵਿੱਚ ਜਦੋਂ ਵੀ ਮੋਡਲਸ ਆ ਗਿਆ ਨਾ ਤੁਹਾਨੂੰ ਪੋਜ਼ਿਟਿਵ ਨੈਗੇਟਿਵ ਦੇਖਣਾ ਪੈ ਜਾਂਦਾ ਇਹਦਾ ਲਿਮਿਟ ਬ੍ਰੇਕ ਕਰ ਲਈ ਤੇ ਵੈਲਿਊ ਹੈਗੀ ਇਹਦੀ ਮਾਈਨਸ 1 ਤੋਂ 3 ਪਾਈ ਬਾਈ 2 ਮਾਈਨਸ 1 ਤੋਂ 3 ਪਾਈ ਬਾਈ 2 ਹੁਣ ਇਸ ਨੂੰ ਦੇਖਣਾ ਬੜਾ ਪੋਜ਼ਿਟਿਵ ਕਿੱਥੇ ਨੈਗੇਟਿਵ ਕਿੱਥੇ ਹੈ ਹੁਣ ਕੋਈ ਆਪਾਂ ਇਹਦਾ ਕ੍ਰਿਟੀਕਲ ਪੁਆਇੰਟ ਨਹੀਂ ਕਰ ਸਕਦੇ ਜੇ ਕੱਢਦਾ ਕੱਢ ਦੋ ਵੈਸੇ ਕੋਈ ਬੜਾ ਫਾਇਦਾ ਨਹੀਂ ਹੋਣਾ ਇਹ ਡਾਇਰੈਕਟਲੀ ਸੋਚ ਕੇ ਉਹ ਪਤਾ ਲੱਗ ਜਾਣਾ ਕਿੱਥੇ ਪੋਜ਼ਿਟਿਵ ਮਤਲਬ ਹੈ ਕਿੱਥੇ ਕੀ ਮਤਲਬ ਹੈ ਇਹ ਨੈਗੇਟਿਵ ਕਿਵੇਂ ਇਹਦੇ ਕੋਆਰਡੀਨੇਟ ਬਣਾਉਣੇ ਹੈ ਐਂਗਲ ਦੇਖੋ ਕਿੰਨਾ ਵੇਰੀ ਕਰੂਗਾ ਜਦੋਂ ਮੈਂ ਮਾਈਨਸ 1 ਤੋਂ 3 ਪਾਈ ਬਾਈ 2 ਕਰੂੰਗਾ ਨਾ ਇਹਦਾ ਐਂਗਲ ਕਿੰਨਾ ਵੇਰੀ ਕਰ ਰਿਹਾ ਉਹ ਦੇਖੋ ਕਿਉਂ ਮੂਰਲੇ ਦਾ ਪ੍ਰਸਿੱਧ ਤਾਂ ਪਤਾ ਹੀ ਲੱਗ ਰਿਹਾ ਪੋਜ਼ਿਟਿਵ ਨੈਗੇਟਿਵ ਦਾ ਮੇਨ ਆਪਾਂ ਸਾਈਨ ਦਾ ਦੇਖਣਾ ਐਂਗਲ ਕਿੰਨਾ ਵੇਰੀ ਕਰੂਗਾ ਮੈਂ ਮਾਈਨਸ 1 ਪਰ ਆ ਇੱਥੇ ਕਰ ਕਿਹੜੇ ਕੋਆਰਡੀਨੇਟ ਚੱਲੋ ਨਹੀਂ ਇੱਥੇ x ਦੀ ਮਾਈਨਸ 1 ਪਰ 2 ਵੀ ਆ ਗਿਆ ਇੱਥੇ ਮਾਈਨਸ ਪਾਈ ਆ ਗਿਆ ਨਾ ਪਰ ਇਹਨੇ ਨੈਗੇਟਿਵ ਦਾ ਬਾਹਰ ਹੀ ਕੱਢ ਦਿੱਤੀ ਉਹ ਐਂਗਲ ਕਿੰਨਾ ਆ ਗਿਆ ਪਾਈ ਠੀਕ ਹੈ ਸ਼ੁਰੂ ਕਿੱਥੋਂ ਹੋ ਰਿਹਾ ਆਪਾਂ ਪਾਈ ਤੋਂ ਆਹ ਫਿਰ ਮਾਈਨਸ 1 ਤੋਂ ਕਿੱਥੋਂ ਤੱਕ ਜਾਣਾ ਆਪਾਂ ਮਾਈਨਸ 1 ਤੋਂ ਬਾਅਦ ਸਿੱਧਾ ਨੰਬਰ ਕਿਹੜਾ ਆਊਗਾ 3 ਪਾਈ ਬਾਈ 2 ਨਹੀਂ ਆਉਣਾ ਮਾਈਨਸ 1 ਤੋਂ ਬਾਅਦ 0 ਆਏਗਾ ਇੱਥੇ 0 ਤੋਂ ਬਾਅਦ 1 ਆਏਗਾ 1 ਤੋਂ ਬਾਅਦ 3 ਬਾਈ 2 10 ਦਾ ਨੰਬਰ ਤੋਂ ਕਿ ਮਾਈਨਸ 1 ਤੋਂ 0 ਜਦੋਂ ਭਰਿਆ ਮੈਂ ਇੱਥੇ ਆਉਣਾ 0 ਭਰਿਆ ਤਾਂ ਸਾਈਨ 0 ਕਿੰਨਾ ਹੁੰਦਾ 0 ਤਾਂ ਕਿਹੜੇ ਐਸੇ ਆ ਗਏ ਆਪਾਂ ਮਤਲਬ ਇੰਨਾ ਵੇਰੀ ਕੀਤਾ 0 ਤੋਂ ਬਾਅਦ 0 ਤੋਂ ਬਾਅਦ ਤੱਕ ਐਂਗਲ ਦੇਖੋ ਨਾ 0 ਤੋਂ ਬਾਅਦ ਤੱਕ ਗਿਆ ਮੈਂ 0 ਭਰਿਆ ਤਾਂ 0 ਆਊਗਾ 1 ਭਰਿਆ ਤਾਂ ਪਾਈ ਆਊਗਾ ਫਿਰ ਕਿਹੜਾ ਕੁਆਡਰੈਂਟ ਆ ਗਿਆ ਇਹ ਪਹਿਲਾ ਦੂਜਾ 1 ਤੋਂ 3 ਬਾਈ 2 ਤੱਕ ਆਊਗਾ ਕਿੱਥੇ ਗਿਆਵਾਂਗੇ ਆਪਾਂ 1 ਭਰਿਆ ਤਾਂ ਪਾਈ 3 ਪਾਈ ਬਾਈ 2 3 ਬਾਈ 2 ਭਰਿਆ ਤਾਂ 3 ਪਾਈ ਬਾਈ 2 3 ਪਾਈ ਬਾਈ 2 ਕਿੰਨਾ ਹੁੰਦਾ ਇੱਥੋਂ ਤੱਕ 270 ਠੀਕ ਹੈ ਤਾਂ ਕੁਆਡਰੈਂਟ ਦੇਖਣੇ ਆਪਾਂ ਕਿਹੜੇ ਕਿਹੜੇ ਆ ਪਰ ਇਹਨੂੰ ਤੋੜਨ ਦਾ ਤਰੀਕਾ ਸਮਝ ਲਓ ਵੀ ਜਦੋਂ ਵੀ ਇਸ ਤਰ੍ਹਾਂ ਦੀ ਲਿਮਿਟ ਆਈ ਤਾਂ ਕਿਵੇਂ ਤੋੜਨਾ ਉਹਨੂੰ ਜੇ ਮਾਈਨਸ 1 ਤੋਂ ਪਹਿਲਾਂ ਕਿੱਥੇ ਗਿਆ ਆਪਾਂ 0 ਤੱਕ 0 ਤੋਂ 1 ਤੱਕ 1 ਤੋਂ 3 ਬਾਈ 2 ਠੀਕ ਹੈ ਇਸ ਤਰ੍ਹਾਂ ਆਪਾਂ ਇਹਨੂੰ ਬ੍ਰੇਕ ਡਾਊਨ ਕਰ ਲੈਣਾ ਹੁਣ ਇਹਨਾਂ ਤਿੰਨਾਂ ਰਸਤੇ ਆਪਾਂ ਅਗਰ ਦੇਖਾਂਗੇ ਸਭ ਤੋਂ ਪਹਿਲਾਂ ਆ ਜਾਓ ਮਾਈਨਸ 1 ਤੋਂ 0 ਤੱਕ ਆਓ ਇੱਥੇ ਲਿਖ ਲਓ ਸਾਈਨ ਐਕਸ ਜਾਂ ਸਿੱਧੇ ਲਿਖ ਲਓ ਮਾਈਨਸ 1 ਤੋਂ 0 ਠੀਕ ਹੈ ਜਾਂ ਫਿਰ ਲਿਖ ਕੇ ਦਿਖਾਉਣਾ ਤਾਂ ਐਂ ਕਰਨਾ ਖੁਦ ਨੂੰ ਐਂ ਲਿਖ ਲਓ ਐਫ ਐਕਸ ਜੇ ਆਪਾਂ ਕੋਆਰਡੀਨੇਟ ਨਹੀਂ ਲਿਖਿਆ ਹੁੰਦਾ ਫੰਕਸ਼ਨ ਐਕਸ ਦੀ ਵੈਲਿਊ ਮਾਈਨਸ 1 ਤੋਂ ਲੈ ਕੇ 0 ਤੱਕ ਇਹ ਥੋੜ੍ਹਾ ਹਾਈਫਾਈ ਕੰਮ ਜਾਂਦਾ ਹੈ ਮਾਈਨਸ 1 ਤੋਂ 0 ਤੱਕ ਕੀ ਹੋਏਗਾ ਹੁਣ ਦੇਖੋ ਮਾਈਨਸ 1 ਤੋਂ 0 ਤੱਕ ਐਂਗਲ ਦੇਖੋ ਕਿੰਨਾ ਵੇਰੀ ਕਰ ਰਿਹਾ ਮਾਈਨਸ 1 ਭਰਦਾ ਤਾਂ ਕਿੰਨਾ ਹੁੰਦਾ ਮਾਈਨਸ ਪਾਈ ਆਉਂਦਾ ਠੀਕ ਹੈ ਚਲੋ ਨੈਗੇਟਿਵ ਬਾਹਰ ਨਿਕਲ ਗਈ ਪਾਈ ਆ ਗਿਆ 0 ਭਰਿਆ ਤਾਂ 0 ਹੀ ਆ ਗਿਆ ਤਾਂ ਐਂਗਲ ਕਿੰਨਾ ਵੱਡੇ ਤੋਂ ਵੱਡਾ ਐਂਗਲ ਪਾਈ ਆ ਘੱਟ ਤੋਂ ਘੱਟ ਕਿੰਨਾ 0 ਆ ਤਾਂ ਕਿੰਨਾ ਐਂਗਲ ਵੇਰੀ ਹੋ ਰਿਹਾ ਦਾ 0 ਤੋਂ ਪਾਈ ਹੁਣ 0 ਤੋਂ ਪਾਈ ਵਾਸਤੇ ਸਾਈਨ ਦੀਆਂ ਵੈਲਿਊ ਕੀ ਹੁੰਦੀਆਂ ਪੋਜ਼ਿਟਿਵ ਪਰ ਇਹ ਦੇਖੋ ਕਿ ਮੈਂ ਵੇਰੀ ਕੀਤਾ ਨੇ ਮਾਈਨਸ 1 ਤੋਂ 0 ਤੱਕ ਇਹ ਕੀ ਰਿਹਾ x ਕਲਾ ਨੈਗੇਟਿਵ ਹੀ ਰਿਹਾ ਮਾਈਨਸ 1 ਤੋਂ 0 ਤੱਕ ਇਹ ਕੀ ਰਿਹਾ ਨੈਗੇਟਿਵ ਇਹ ਨੈਗੇਟਿਵ ਆ ਇਹਦੀਆਂ ਵੈਲਿਊ ਪੋਜ਼ਿਟਿਵ ਬਟ ਇਹਦੀ ਵਿੱਚ ਨੈਗੇਟਿਵ ਭਰੀ ਸੀ ਐਂਗਲ ਦੇ ਉਹ ਨੈਗੇਟਿਵ ਕੀ ਆ ਗਈ ਸੀ ਬਾਹਰ ਉਹ ਨੈਗੇਟਿਵ ਤੇ ਆ x ਦੀ ਨੈਗੇਟਿਵ ਹੀ ਹੋ ਗਈਆਂ ਪੋਜ਼ਿਟਿਵ ਹੋ ਗਈਆਂ ਠੀਕ ਹੈ ਪਰ ਇਹ 0 ਤੋਂ 1 ਤੱਕ ਕੀ ਰਿਹਾ ਪੋਜ਼ਿਟਿਵ x ਪਾਈ ਇਸ ਅਗਲਾ ਆ ਜਾਓ ਹੁਣ 0 ਤੋਂ 1 ਤੱਕ 0 ਤੋਂ 1 ਤੱਕ ਕਿੰਨਾ ਰਹੇਗਾ ਠੀਕ ਹੈ ਵੈਸੇ ਸਹੀ ਰੂਲ ਹੁੰਦਾ ਅੱਧਾ ਅੱਧਾ ਕਰਕੇ ਵਧਣਾ ਕਿਉਂਕਿ ਕੁਆਡਰੈਂਟ ਜਿਹੜਾ ਹੁੰਦਾ ਹਾਫ ਆਫ ਕਰਕੇ ਵਧਣਾ ਹੁੰਦਾ ਪਰ ਮੈਂ 0 ਤੋਂ 1 ਤੱਕ ਕਿਉਂ ਆ ਰਿਹਾ ਵਾ ਕਿਉਂਕਿ ਸਿੱਧਾ 0 ਤੋਂ ਪਾਈ ਤੱਕ ਕੀ ਹੁੰਦਾ ਵਾ ਪੋਜ਼ਿਟਿਵ ਹੀ ਰਹਿਣਾ ਹੁੰਦਾ ਠੀਕ ਹੈ ਜੇ ਕੋਸ ਆਇਆ ਤਾਂ ਫਿਰ ਹਾਫ ਆਫ ਤੱਕ ਇੰਕਰੀਜ਼ ਹੋਣਾ ਸੀ ਉਹ ਵੀ ਕਰਾਉਣ ਤੱਕ 0 ਤੋਂ 1 ਤੱਕ ਕੀ ਹੋਏਗਾ ਜੇ 0 ਭਰਿਆ ਤਾਂ 0 ਆ 1 ਭਰਿਆ ਤਾਂ x ਦੀ ਵੈਲਿਊ 1 ਭਰੀ ਤਾਂ ਐਂਗਲ ਕਿੰਨਾ ਗਿਆ ਪਾਈ ਤਾਂ ਐਂਗਲ ਕਿੰਨਾ ਹੋਇਆ 0 ਤੋਂ ਪਾਈ 0 ਤੋਂ ਪਾਈ ਤੱਕ ਸਾਈਨ ਕੀ ਆ ਪੋਜ਼ਿਟਿਵ ਆ 0 ਤੋਂ 1 ਤੱਕ x ਵੀ ਕੀ ਆ ਪੋਜ਼ਿਟਿਵ ਦੋਨੋਂ ਪੋਜ਼ਿਟਿਵ ਦੀ ਮਲਟੀਪਲਾਈ ਪੋਜ਼ਿਟਿਵ ਇਹ ਵਾ 0 ਤੋਂ 1 ਤੱਕ ਵੀ ਇਹ ਪੋਜ਼ਿਟਿਵ ਹੀ ਆ ਫਿਰ ਆ ਜਾ 1 ਤੋਂ ਲੈ ਕੇ
3/2 1 तो बड़े 3/2 तो छोटे आते हैं और 1 तो 3/2 1 पर याद आंसर आ गया पाई एंगल 3/2 पर याद आ 3/2 तो पाई तो कितना क्या है यहां पर 3/2 तो पाई तो 3/2 केड़ा क्वाड्रेंट आ गया थर्ड थर्ड साइन की होता नेगेटिव पर आ वैल्यू की होगी 1 तो 3/3/2 तक पॉजिटिव ही है तो 1 तो 3/2 ओरिजिनल वैल्यू पॉजिटिव ही होती है ए पॉजिटिव है ए की है नेगेटिव पॉजिटिव नेगेटिव की मल्टीप्लाई नेगेटिव है और इंटीग्रेशन की वैल्यू पता देखो -1 तो एक्चुअली देखिए 1 तक के सारे पॉजिटिव रहे तो दो ऐसे करने की लोड़ नहीं है सीधे की लिख दो -1 टू 1 x sin pi x पॉजिटिव मुरे पॉजिटिव आता 1 तो 3/2 तक -x sin pi x पर ये सम आगे भी जाऊं क्योंकि ये कितने बाय पार्ट में होगा हां ट्रिग्नोमेट्रिक फंक्शन आ गया दिया गया अलजेब्रिक तेरे इंटीग्रेशन करना से अपन की लाना पड़े थे बाय पार्ट तो बाय पार्ट के अकॉर्डिंग रूल दे बने अपन के आई रेट से अलजेब्रिक फर्स्ट है जो ट्रिग्नोमेट्रिक सेकंड x नो रख के तो करी लोगे तो बस x नो रख के sin की इंटीग्रेशन नेगेटिव cos पाई x ते पाई x का डेरिवेटिव लगो ऊपर पर माइनस इंटीग्रेशन x का डेरिवेटिव 1 sin की इंटीग्रेशन नेगेटिव cos पाई x ते डेरिवेटिव होता पाई x एदी dx उसके बाद ਤਿਆਰ ਕਿ ਇੱਕ ਨਾ ਜੋ ਤੁਹਾਨੂੰ ਆ ਲਿਮਟ ਵਾਲਾ ਸਮ ਆਇਆ ਬਾਈ ਪਾਰਟ ਦੇ ਵਿੱਚ ਤਾਂ ਪਹਿਲਾ ਪਾਰਟ ਦੀ ਇੰਟੀਗ੍ਰੇਸ਼ਨ ਪਹਿਲਾਂ ਹੋ ਜਾਂਦੀ ਅਲੱਗ ਤੋਂ ਇਹਦੀ ਲਿਮਟ ਪਹਿਲੇ ਹੀ ਕਰ ਦੇ ਦੋ ਅਲੱਗ ਤੋਂ ਕੀ ਪਰ ਲੱਗਦੀ ਲਿਮਟ ਆਪਾਂ -1 ਟੂ 1 ਇਹਦੀ ਇੰਟੀਗ੍ਰੇਸ਼ਨ ਆਪਾਂ ਇੱਕ ਵਾਰੀ ਫੇਰ ਕਰਨੀ ਬਣੀ ਹੁੰਦੀ ਆ ਤਾਂ 1 ਬਾਹਰ ਆ ਕੇ ਪਾਈ 1 ਬਾਈ ਪਾਈ ਵੀ ਬਾਹਰ ਆ ਜੂ ਕੋਮਨ ਕੱਲੇ cos ਪਾਈ x ਦੀ ਇੰਟੀਗ੍ਰੇਸ਼ਨ ਕਰਕੇ ਉਹਦੀ ਲਿਮਟ ਆ ਬਾਹਰ ਕਰ ਦੇ ਉਵੇਂ ਹੀ ਅੱਗੇ ਬਾਹਰ ਆ ਇਹਦਾ ਨੈਗੇਟਿਵ ਸਿੱਧਾ ਬਾਹਰ ਕੱਢ ਦਿਓ ਬਾਈ ਪਾਰਟ ਲਾ ਕੇ ਦੀ ਲਿਮਟ ਆ ਬਾਹਰ ਤੇਸਰਾ ਨੂੰ ਬ੍ਰੇਕ ਕਰਨਾ ਹੈ ਤੁਹਾਨੂੰ 5 ਮਾਰਕਸ ਜਾਂ 6 ਮਾਰਕਸ ਕੁਐਸਚਨ ਦਾ ਆਦਾ ਦਾ ਥੋੜਾ ਲੰਬਾ ਹੋਊਗਾ ਕਿਉਂਕਿ ਬਾਈ ਪਾਰਟ ਸੀ ਕਾਫੀ ਲੰਬਾ ਹੈ ਚਲਾ ਜਾਣਾ ਨਹੀਂ ਜਿੰਨਾ ਨੂੰ ਟੱਪਰ ਕਰਦੇ ਇੱਕ ਹੋਰ ਦੇਖ ਲਓ ਇਹਦੇ ਨਾਲ ਕੌਜ਼ ਵਾਲਾ ਕਰ ਆਪਣੀ ਲਿਓ ਮੈਂ ਤੁਹਾਨੂੰ ਬ੍ਰੇਕ ਕਰਨਾ ਸਿਖਾ ਦਿੰਦਾ ਅਗਲਾ ਇਹ ਕੌਜ਼ ਵਾਲਾ ਆਇਆ ਤਾਂ ਇਹ ਦੋਨੋਂ ਸਭ ਤੋਂ ਐਨਸੀਏਟੀ ਮਸੇਨੀਅਸ ਦੇ ਵਿੱਚ ਵੀ ਮਿਲ ਜਾਣਗੇ ਅਸਾ ਇਹ ਹੈਗਾ ਹੁਣ 0 ਟੂ 3/2 ਹੁਣ ਇੱਥੇ ਭਾਈ ਦੇਖੋ 0 ਤੋਂ 3/2 ਪਹਿਲਾਂ ਭਰ ਕੇ ਦੇਖ ਲਿਆ ਕਰੋ 0 ਪਰ ਆਦਾ 0 ਬਣੂ 3/2 ਪਰ ਆਦਾ 3/2 ਤਾਂ ਕਿੰਨਾ ਐਂਗਲ ਵੇਰੀ ਕਰ ਜਾਂਦਾ 0 ਤੋਂ 3/2 ਇਹਨੂੰ ਤਿੰਨ ਹਿੱਸੇ ਤੋੜਨਾ ਪੈਣਾ ਫਿਰ ਆਪਾਂ 0 ਤੋਂ π/2 ਟੂ ਪਾਈ ਪਾਈ ਟੂ 3/2 ਤਾਂ ਕਿਵੇਂ ਲਿਖਾਂਗੇ ਇਹਨੂੰ ਆਪਾਂ ਇਹਦੇ ਅਕੋਰਡਿੰਗ ਫਿਰ ਐਂਗਲ ਕਿਵੇਂ ਲਿਖਾਂਗੇ ਆਪਾਂ ਇੱਥੇ 0 ਤੋਂ ਲੱਗ ਕੇ ਆਪਾਂ ਅੱਧਾ ਵਧਣਾ ਪੈਣਾ ਪਹਿਲਾਂ ਹਾਫ ਤੱਕ 0 ਤੋਂ 1/2 ਤੱਕ ਆਵਾਂਗੇ 1/2 ਤੋਂ 1 तक 1 तो 3/2 हाफ ऑफ करके 3 सो गए तो 0 तो 1/2 तक ही होएगा देखो x की वैल्यू 0 तो 1/2 तक वेरी करोगे तो होएगा 0 पर आएगा 0 1/2 पर आएगा π/2 तो पहला क्वाड्रेंट हो गया पहले च कॉस की अंदर पॉजिटिव h 0 तो 1/2 तक पॉजिटिव नंबर होते हैं ये भी पॉजिटिव 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 की मल्टीप्लाई पॉजिटिव 1/2 तो 1 तक 1/2 पर आता π/2 1 पर आता पाई क्वाड्रेंट केड़ा आ गया पाई तो π/2 तो पाई तक एंगल वेरी कीता केड़ा क्वाड्रेंट है सेकंड सेकंड कॉस की अंदर नेगेटिव तो ए नेगेटिव बट x की वैल्यू 1/2 तो 1 तक तो पॉजिटिव ही होती है तो एक पॉजिटिव एक नेगेटिव की मल्टीप्लाई नेगेटिव इथे नेगेटिव आ जाएगा 1 टू 3/2 तक ਉਹ ਇਥੋਂ ਤੋਂ ਇਥੋਂ ਤੱਕ ਵੇਰੀ ਕਰੂਗਾ ਤਾਂ ਇਹ ਤੀਜਾ ਕੁਆਡਰੈਂਟ ਆ ਗਿਆ ਤੀਜੇ 'ਚ ਫਿਰ ਕੀ ਹੋ ਗਿਆ ਇਹ ਨੈਗੇਟਿਵ x ਫਿਰ ਪੋਜ਼ਿਟਿਵ ਰਹੂਗਾ ਤਾਂ ਇਹ ਓਵਰਆਲ ਫਿਰ ਕੀ ਰਹਿ ਗਿਆ ਨੈਗੇਟਿਵ ਤਾਂ ਕਿਵੇਂ ਬ੍ਰੇਕ ਹੋਣੀ ਇਹ ਲਿਮਟ ਤੇ 0 ਤੋਂ 1/2 ਤੱਕ ਪੋਜ਼ਿਟਿਵ ਤੇ 1/2 ਤੋਂ ਲੈ ਕੇ 3/2 ਤੱਕ ਨੈਗੇਟਿਵ ਬਾਈ ਪਾਰਟ ਦਾ ਕੇ ਇੰਟੀਗ੍ਰੇਸ਼ਨ ਠੀਕ ਹੈ ਤੇ ਬਹੁਤ ਇੰਪੋਰਟੈਂਟ ਹੈ ਸਮਝੋ ਨੋ ਇਹ ਪੇਪਰ 'ਚ ਬਣੇ ਬਣਾਈ ਆਏ ਨੇ ਕੋਈ ਚੇਂਜ ਕਰਨ ਦੀ ਲੋੜ ਨਹੀਂ ਇਹਨਾਂ ਨੂੰ ਕਿਉਂਕਿ ਸਭ ਪਹਿਲੇ ਲੈਂਥੀ ਹੁੰਦਾ ਹੈ ਤਾਂ ਇਹ ਪ੍ਰਾਪਰਟੀ ਸੀ ਆਪਣੀ ਵੀ ਲਿਮਟ ਤੋਂ ਬ੍ਰੇਕ ਡਾਊਨ ਕਰਨ ਵਾਸਤੇ ਅੱਗੇ ਦੀ ਪ੍ਰਾਪਰਟੀ ਹੈਗੀ ਉਹ ਹੈਗੀ ਆ ਜਿਹੜੀ ਆਪਾਂ ਕਰ ਰਹੇ ਨੇ ਉਹ ਤੇ ਇੱਕ ਪ੍ਰਾਪਰਟੀ ਰਹਿ ਗਈ 0 ਤੋਂ 2 ਪਾਈ ਵਾਲੀ ਉਹ ਦੇਖੋ
ਜਦਤਰ ਉਹਦੇ ਗਣਤੀ ਸਮ ਬਹੁਤ ਜ਼ਿਆਦਾ ਹੁੰਦੇ ਵੀ 0 ਤੋਂ 2 ਪਾਈ ਐਂਟਰ ਲਾਸਟ ਅਬਰਪਟੀ ਨਹੀਂ ਬਸ ਸਮ ਉਹਦੇ ਬਹੁਤ ਥੋੜੇ ਆ ਬਸ ਠੀਕ ਹੈ ਪਰ ਜਿੰਨੇ ਵੀ ਹੈਗੇ ਉਹ ਗਣਤੀ ਬੰਦੇ ਜ਼ਿਆਦਾ ਸਾਹਮਣੇ ਇੱਕ ਆ ਸਮ ਹੀ ਦੇਖੋ ਇੱਕ x ਇਨਟੂ 2 ਮਾਈਨਸ x ਤੇ 0 ਟੂ 2 ਇਹਦੀ ਹੈਗੀ ਹੈ ਲਿਮਿਟ ਆ ਸਮ ਵੈਸੇ ਸਮ ਬਿਨਾਂ ਲਿਮਿਟ ਤੋਂ ਵੀ ਹੋ ਜਾਂਦਾ 2 ਮਾਈਨਸ x ਨੂੰ t ਭਰ ਦਿਓ ਵਿਦ ਡੈਰੀਵੇਟਿਵ ਤਾਂ ਉਹ ਵੀ ਹੋ ਜਾਊਗਾ ਠੀਕ ਹੈ ਪਰ ਇਹ ਡੈਰੀਵੇਟਿਵ ਤੋਂ ਬਿਨਾਂ ਵੀ ਹੋ ਜਾਂਦਾ ਮਤਲਬ ਪੁੱਟ ਕੀਤੇ ਬਿਨਾਂ ਵੀ ਹੋ ਜਾਂਦਾ ਪ੍ਰੋਪਰਟੀ ਲਾ ਕੇ ਵੀ ਹੋ ਜਾਂਦਾ ਦੇਖੋ h ਪ੍ਰੋਪਰਟੀ ਕਿਵੇਂ ਲਾਉਣੀ ਹੁੰਦੀ ਆਪਾਂ ਇਹਨੂੰ i ਬਣਾਉਣਾ ਇਹ a ਮਾਈਨਸ x ਵਾਲੀ ਮੈਂ ਦੁਬਾਰਾ ਦੱਸ ਰਿਹਾ ਇਹ ਪ੍ਰੋਪਰਟੀ ਇਹ ਸਭ ਰਹਿ ਗਿਆ ਸੀ 0 ਟੂ a ਆ ਇਹਨੂੰ ਕੀ ਲਿਖ ਸਕਦਾ ਆਪਾਂ a ਮਾਈਨਸ x ਤੇ x ਦੀ ਜਗ੍ਹਾ ਤੇ ਵੀ x ਦੀ ਜਗ੍ਹਾ ਤੇ a - x ਲਿਮਿਟ 0 ਤੋਂ 2 ਹੋ ਗਈ ਠੀਕ ਹੈ 2 ਨਾਲ 2 ਕੱਟ ਹੋ ਜਾਊਗਾ 2 - x ਆ 2 ਕੱਟੋਗੇ ਇਕੱਲਾ ਹੀ ਰਹਿ ਗਿਆ ਰੂਟ x ਮਾਈਨਸ ਪਲੱਸ ਹੋ ਗਿਆ ਸੰਦਰ ਹੁਣ ਇਹਦਾ ਫਾਇਦਾ ਕੀ ਹੋਇਆ ਦੇਖੋ ਪ੍ਰੋਪਰਟੀ ਲਾਉਂਦਾ ਇਹ ਪ੍ਰੋਪਰਟੀ ਜਦ ਐਡ ਨਹੀਂ ਕਰ ਦਿੰਦੇ ਨਾ ਦੋਨੋਂ ਨਹੀਂ ਆਪਾਂ ਨੂੰ ਐਡ ਕਰਨ ਦਾ ਕੋਈ ਫਾਇਦਾ ਇਹ ਚ ਫਾਇਦਾ ਇਹ ਹੋਇਆ ਕਿ ਇਹ ਪਹਿਲਾਂ ਆਪਾਂ x ਨੂੰ ਅੰਦਰ ਮਲਟੀਪਲਾਈ ਨਹੀਂ ਕਰ ਸਕਦੇ ਸੀ ਪਰ ਹੁਣ ਰੂਟ x ਨੂੰ ਆਪਾਂ ਬ੍ਰੈਕਟ ਨਾਲ ਅੰਦਰ ਕੀ ਕਰ ਸਕਦੇ ਆ ਮਲਟੀਪਲਾਈ ਕਰ ਸਕਦੇ ਤਾਂ ਇਹ ਮੰਨ ਜੋ 2 ਰੂਟ x ਮਾਈਨਸ x ਦੀ 1 ਤੇ x ਦੀ ਹਾਫ ਪਾਵਰ ਐਡ ਹੋ ਗਏ x ਦੀ 3 ਬਾਈ 2 ਹੁਣ ਦੋਨੋਂ ਪਾਰਟ ਦੀ ਇੰਟੀਗ੍ਰੇਸ਼ਨ ਨਾਰਮਲ ਜਿਵੇਂ ਰੂਲ ਦੇ ਅਕੋਰਡਿੰਗ ਠੀਕ ਹੈ ਇਹ ਵੀ ਇਹ ਸਮਝ ਪਰ ਇਹ ਵਿਦਾਊਟ ਪ੍ਰੋਪਰਟੀ ਵੀ ਹੋ ਸਕਦੀ ਹੈ ਸਮਝ ਥੋੜੀ ਮਰਜ਼ੀ ਤੁਸੀਂ ਕਿਵੇਂ ਕਰਦੇ ਇੱਕ ਆ ਸਮ ਇਹ ਥੋੜਾ ਡਿਫਰੈਂਟ ਹੈ ਦੇਖੋ 1 ਓਵਰ 1 ਪਲੱਸ ਰੂਟ ਟੈਨ ਐਕਸ ਯਾ ਲਿਮਿਟ ਹੈਗੀ 0 ਤੋਂ ਪਾਈ ਤੱਕ ਕਈ ਸਮ ਦੀ ਨਾ ਪਛਾਣ ਬਹੁਤ ਜ਼ਰੂਰੀ ਹੁੰਦੀ ਹੈ ਰੱਖਣੀ ਕਿਉਂਕਿ ਇਹ ਸਮ ਡਾਇਰੈਕਟਲੀ ਤੁਹਾਨੂੰ ਲੱਗਣੇ ਨਹੀਂ ਕਿ ਪ੍ਰੋਪਰਟੀ ਕਿਹੜੀ ਲੱਗਣੀ ਹੈ ਪਰ ਜਦੋਂ ਵੀ ਤੁਹਾਨੂੰ ਇਸ ਤਰ੍ਹਾਂ ਆਇਆ ਸਮ ਇਹ ਐਕਚੁਅਲੀ ਜਦੋਂ ਆਪਾਂ ਕਰ ਚੁੱਕੇ ਹਾਂ ਪਹਿਲਾਂ ਪਰ ਥੋੜੀ ਚੇਂਜ ਕਰਨ ਦੀ ਲੋੜ ਹੈ ਇਸ ਕੀ ਕਰੋ ਟੈਨ ਨੂੰ ਕੀ ਲਿਖ ਦਿਓ ਸਾਈਨ ਬਾਈ ਕੌਸ ਰੂਟ ਦੇ ਵਿੱਚ ਲਿਖ ਦਿਓ ਐਲਸੀਅਮ ਲੈ ਕੇ ਬਣੂਗਾ ਇਹ ਉੱਪਰ ਰੂਟ ਕੌਸ ਐਕਸ ਆ ਐਲਸੀਅਮ ਵਾਲਾ ਨੀਚੇ ਕੀ ਬਣ ਗਿਆ ਰੂਟ ਕੌਸ ਪਲੱਸ ਰੂਟ ਸਾਈਨ ਆ ਕਿਤੇ ਨਹੀਂ ਵਸੇ ਨਾ a ਮਾਈਨਸ x ਪ੍ਰੋਪਰਟੀ ਲੱਗ ਕੱਟੇ ਜਾਣੇ ਨੇ ਤਾਂ ਬਣ ਹੀ ਜਾਂਦੀ ਹੈ ਕੱਟ ਲੱਗ ਗਿਆ ਇੱਕ ਆ ਲੋਗ ਵਾਲਾ ਹੁੰਦਾ ਨਾਲ ਦੇ ਉਹ ਵੀ ਇਹਦੇ ਨਹੀਂ ਹੁੰਦਾ ਤਾਂ ਇਹ ਸਭ ਵੀ ਇਸੀ ਪ੍ਰੋਪਰਟੀ ਨਾਲ ਹੁੰਦਾ ਇਹ 3 ਮਾਰਕਸ ਕੁਐਸਚਨ ਹੋ ਜਾਂਦਾ ਰੈਡੀ ਜੇ ਹੈਗੇ ਨਾ ਆ ਲੋਗ ਐਡ ਮੈਂ ਕਰਾਉਣ ਲੱਗਾ ਇਹ ਬੜਾ ਵੱਡਾ ਨਹੀਂ ਬੜਾ ਛੋਟਾ ਨਹੀਂ ਮੀਡੀਅਮ ਜਿਹਾ ਸਮਝ 2 ਜਾਂ 3 ਮਾਰਕਸ ਦੇ ਕੁਐਸਚਨ ਆ ਸਕਦੇ ਨਾਲ ਦੇ ਇਹਨੇ ਪਛਾਣ ਯਾਰ ਰੱਖ ਲਓ ਪਛਾਣ ਕਰਨੀ ਵੀ ਸੌਖੀ ਹੈ ਕਿ ਸਭ ਵਿੱਚ ਗਿਣਤੀ ਦੀ ਹੈ ਦੇਖੋ ਜੇ ਕੋਈ ਵੀ ਮੈਚ ਚੱਕ ਲੋਗੇ ਆਹੀ ਵੇਰੀਏਸ਼ਨ ਆਈਆਂ ਹੋਣੀਆਂ ਥੋੜੀਆਂ ਥੋੜੀਆਂ ਬਸ ਲੋਗ 1 ਪਲੱਸ ਟੈਨ ਆ ਇਹ ਜੀ ਪ੍ਰੋਪਰਟੀ a ਮਾਈਨਸ x ਹੀ ਲੱਗਣੀ ਆ ਕਿਉਂਕਿ ਇੱਥੇ ਤਾਂ ਪਾਈ ਬਾਈ 2 ਹੈ ਨਹੀਂਗਾ ਪਰ ਫਿਰ ਵੀ ਇਹ 'ਚ a ਮਾਈਨਸ x ਹੀ ਪ੍ਰੋਪਰਟੀ ਲੱਗਦੀ ਹੈ ਤਾਂ ਕੱਟ ਕੇ ਆਨਸਰ ਇਹਦਾ 0 ਸ਼ਾਇਦ ਆ ਜਾਂਦਾ ਕਿਵੇਂ ਦੇਖੋ 0 ਟੂ ਪਾਈ ਬਾਈ 4 ਲੋਗ ਇਹਨੂੰ i ਮੰਨ ਲਾਂਗੇ x ਹੀ ਜਦ ਕੀ ਰਿਪਲੇਸ ਕਰ ਦੇਣਾ ਆਪਾਂ ਪਾਈ ਬਾਈ 4 ਮਾਈਨਸ x ਔਰ ਟੈਨ ਦਾ ਫਾਰਮੂਲਾ ਬੁਲਾ ਕੇ ਪਹਿਲਾਂ ਆਪਾਂ a ਮਾਈਨਸ b ਦਾ tan a ਮਾਈਨਸ b ਦਾ ਰਿਲੇਸ਼ਨ ਹੁੰਦਾ ਬੁਲੇ tan a ਮਾਈਨਸ tan b ਓਵਰ 1 ਪਲੱਸ tan a ਇਨਟੂ tan b ਰਿਲੇਸ਼ਨ ਤਾਂ ਰਿਲੇਸ਼ਨ tan pi by 4 ਦੀ ਵੈਲਿਊ ਭਰ ਦਾਂਗੇ ਪਰ 1 ਹੁੰਦੀ ਹੈ ਤੁਹਾਨੂੰ ਪਤਾ ਤਾਂ 1 ਮਾਈਨਸ tan x ਓਵਰ 1 ਪਲੱਸ tan x ਇਹ i ਫੇਰ ਬਣ ਜਾਣਾ ਤਰਕ ਲਾ ਕੇ ਦੇਖਿਓ ਤਿੰਨ ਚਾਰ ਸਟੈਪ ਬਾਅਦ ਐਲਸੀਅਮ ਲੈ ਲਿਆ 1 ਪਲੱਸ tan ਇੱਥੇ ਕ੍ਰੋਸ ਹੋ ਜਾਏਗਾ 1 ਪਲੱਸ tan 1 ਪਲੱਸ tan 1 ਮਾਈਨਸ tan tan ਨਾਲ tan ਕੈਨਸਲ ਹੋ ਗਿਆ ਤਾਂ ਉੱਪਰ ਕੀ ਰਹਿ ਗਿਆ 2 ਓਵਰ 1 ਪਲੱਸ tan